ਨੀ ਸੁਖਪਾਲ ਜੱਸਾ ਕਿੱਥੇ ਉਜੜਿਆ ਪਿੰਡ ਚ ਉਜੜਿਆ ਹੋਣਾ ਮੈਨੂੰ ਕੀ ਪਤਾ ਹੈ ਮੈਨੂੰ ਤਾਂ ਐਤੀ ਵੀ ਘਰੇ ਬੈਠਿਆ ਹੋਣਾ ਮੈਂ ਤਾਂ ਦਵਾਈ ਮੰਗਾਉਣੀ ਸੀ ਮੇਰੇ ਤਾਂ ਦਵਾਈ ਮੁੱਕ ਰਹੀ ਹੈ ਮੇਰਾ ਤਾਂ ਕਿਸੇ ਨੂੰ ਪੂਰਾ ਫਿਕਰ ਨਹੀਂ ਮਰਾਂ ਭਾਵਾਂ ਬਚਾਂ ਐ ਵੀ ਚੱਲ ਬੁੜੀ ਦੀ ਰਾਂਦ ਕੱਟ ਜੇ ਕੋਈ ਨਹੀਂ ਗੌਰ ਕਰਦਾ ਮੇਰੀ ਤਾਂ ਮੇਰੇ ਨਾਲ ਕੀ ਔਖੀ ਹੋਈ ਜਾਂਦੀ ਹੈ ਉਸੇ ਨੂੰ ਕਹੀ ਮਾਰੀ ਟੱਕਰ ਦੇ ਆਏ ਚ ਤੇਰੇ ਨਾਲ ਕੀ ਔਖੀ ਹੁੰਨੀ ਆ ਮੈਂ ਤੂੰ ਤਾਂ ਆਪਦੀ ਤਾਂ ਇਹ ਮਾਰੀ ਜਾ ਉਹੀ ਬੋਲੀ ਜਾਂਦੀ ਹੈ ਮੈਨੂੰ ਨਾ ਤੂੰ ਮੇਰੇ ਸਿਰਹਾਣੇ ਆ ਕੇ ਕੋਚਰੀ ਮੰਗੂ ਟਾਂ ਟਾਂ ਕਿਉਂ ਕਰਨ ਲੱਗੀ ਨਾ ਗੱਲ ਤਾਂ ਮੈਂ ਉਹਦੀ ਕਰਦੀ ਆ ਤੈਨੂੰ ਕੀ ਕਹਿਨੀ ਆ ਤੂੰ ਹੀ ਮੇਰੇ ਸਿਰ ਚੜੀ ਜਾਂਦੀ ਹੈ ਮੈਂ ਕੀ ਸੀ ਚੜਦੀ ਆ ਤੂੰ ਮੇਰੇ ਸਿਰਹਾਣੇ ਆ ਕੇ ਖੜੀ ਐ ਖੜੀ ਆ ਤੇਰੇ ਸਿਰਹਾਣੇ ਮੈਂ ਤੂੰ ਫਿਰ ਉਹਨੂੰ ਕਹਿ ਕੁਛ ਜੇ ਕਹਿਣਾ ਮੈਨੂੰ ਤਾਂ ਕਹਿਨੀ ਆ ਵਿੱਚ ਤੂੰ ਮੈਨੂੰ ਲੈ ਲੈਣੀ ਐ ਨਹੀਂ ਤੂੰ ਬਹਿ ਜਾ ਟਿਕ ਕੇ ਮੈਂ ਚਪੇੜਾ ਮਾਰੂੰ ਤੇਰੇ ਮੂੰਹ ਤੇ ਬਾਲੀ ਬੋਲੀ ਜਾਂਦੀ ਐ ਤੂੰ ਮਾਰ ਕੇ ਦੇਖ ਮੇਰੇ ਕੀ ਹੱਥ ਨਹੀਂ ਲੱਗੇ ਮੈਂ ਤੇਰੇ ਠੋਕੂ ਨੀ ਤੂੰ ਬਹਿ ਜਾ ਆਪਦਾ ਕੰਮ ਕਰ ਲੈ ਗੁੱਸਾ ਤਾਂ ਮੈਨੂੰ ਉਹ ਤੇ ਚੜਿਆ ਪਿਆ ਕਿਤੇ ਤੇਰੇ ਤੇ ਨਾ ਲੈ ਜੇ ਐ ਮੇਰੇ ਤੇ ਕਿਵੇਂ ਲਾਹੇਗੀ ਤੂੰ ਚੜਿਆ ਹੈ ਗੁੱਸਾ ਤੈਨੂੰ ਤੇਰਾ ਗੁੱਸਾ ਮੈਨੂੰ ਨਾ ਠੰਡਾ ਕਰਨਾ ਪੈ ਜੇ ਮੈਂ ਤੈਨੂੰ ਐ ਕਹਿਣੀ ਆ ਖੜ ਗਈ ਮੇਰੇ ਸਿਰਹਾਣੇ ਆ ਕੇ ਰੇ ਤੂੰ ਵੀ ਫਿਰ ਚੁੱਪ ਕਰਕੇ ਬਹਿ ਜਾ ਮੇਰੇ ਨਾਲ ਨਾ ਹੁਣ ਬੋਲੀ ਤੂੰ ਵੀ ਫਿਰ ਚੁੱਪ ਕਰ ਜਾ ਤੂੰ ਵੀ ਨਾ ਐਵੇਂ ਮੇਰੇ ਨਾਲ ਬੋਲੀ ਹੂੰ ਹੀ ਬੋਲੀ ਜਾਨੀ ਐ ਤੂੰ ਵੀ ਕਰ ਜਾ ਚੁੱਪ ਬਸ ਮੈਂ ਵੀ ਨਹੀਂ ਬੋਲਦੀ ਹੈਗੀ ਐਵੇਂ ਪੌਂਕੀ ਜਾਂਦੀ ਐ ਮੇਰੇ ਨਾਲ ਆਹੋ ਜਾਂਦੀ ਐ ਪੌਂਕੀ ਪੌਂਕੜ ਦਾ ਤੂੰ ਲੱਗੀ ਐ कमाल हो गई यार मेरे साले इत्थे सिट दिंदे ने बोरी गोडा तरा के धरता सी कंजरां नूं ऐ नहीं पता भी कित्थे सिटना हुंदा कित्थे ना इह तुसीं एक पासे गाल दिओ इहनूं मेरे सालिआं नूं अकल नहीं वास्ता नहीं हैगी ढांडिआं नूं ऐ नहीं पता भी कित्थे सिटी दा हुंदा इह भी साडी पही ते सिटने तुसीं खा पी के पता नहीं किहदी करतूत ऐ इह किहदी ना सड़े होए ਬੇ ਕਿੱਥੇ ਉੱਜੜ ਗਿਆ ਦੀ ਤੂੰ ਤੈਨੂੰ ਐ ਨਹੀਂ ਪਤਾ ਮੇਰੀ ਦਵਾਈ ਮੁੱਕ ਰਹੀ ਆ ਦਵਾਈ ਲਿਆਉਣੀ ਸੀ ਆਈ ਫਿਰਦਾ ਰਹਿਣਾ ਪਿੰਡ ਚ ਗੇੜੇ ਦਿੰਦਾ ਅੱਛਾ ਗੇੜੇ ਦਿੰਦਾ ਸੀ ਮੈਂ ਅੱਗੇ ਕਿੱਥੇ ਉੱਜੜਿਆ ਸੀ ਮੈਂ ਕੰਮ ਗਿਆ ਸੀ ਕੋਈ ਮੈਂ ਉੱਜੜਿਆ ਸੀ ਕਿ ਦਵਾਈ ਲਿਆਉਣੀ ਸੀ ਨਾ ਤੂੰ ਨਹੀਂ ਜਾ ਸਕਦੀ ਸੀ ਤੂੰ ਉੱਜੜ ਜਾਂਦੀ ਅੱਡੇ ਤੱਕ ਤੇਰੀਆਂ ਕੀ ਲੱਤਾਂ ਟੁੱਟੀਆਂ ਸੀਗੀਆਂ ਤੇ ਸੁਣ ਜਾ ਗਿਆ ਮੈਨੂੰ ਢਿੱਕੀ ਜਾਇਆ ਕਰੋ ਹਰੇਕ ਕੰਮ ਨੂੰ ਉਹ ਲਿਆਊਗਾ ਜਾ ਕੇ ਉਹ ਲਿਆਊਗਾ ਜਾ ਕੇ ਤੂੰ ਆਪ ਵਗ ਜਾਂਦੀ ਦਵਾਈ ਲੈਣ ਨਾ ਤੈਨੂੰ ਨਾ ਢਿੱਕਾ ਹੋਰ ਕਿਹਨੂੰ ਢਿੱਕਾ ਤੂੰ ਜੰਮਿਆ ਕਾਦੇ ਵਾਸਤੇ ਦੀ ਜੇ ਮੈਂ ਅੱਡੇ ਤੇ ਜਾਣਾ ਸੀ ਮੈਂ ਬੁੜੀ ਤੀ ਮੈਂ ਕਿਵੇਂ ਜਾਵਾਂ ਅੱਡੇ ਤੇ ਤੁਰ ਕੇ ਤੈਨੂੰ ਸ਼ਰਮ ਤਾਂ ਆਉਂਦੀ ਨਹੀਂ ਤੂੰ ਐਂ ਫਿਰਦਾ ਰਿਹਾ ਕਰ ਪਿੰਡ ਚ ਗੇੜੇ ਦਿੰਦਾ ਮੇਰੀ ਤਾਂ ਤੈਨੂੰ ਐ ਨਹੀਂ ਵੀ ਦਵਾਈ ਲਿਆ ਦਾ ਜਾਂ ਨਾ ਲਿਆ ਦਾ ਦੇ ਅੱਗੇ ਤੈਨੂੰ ਕਾਹਨੂੰ ਦਵਾਈ ਆ ਕਦੇ ਦਵਾਈ ਹਾਂ ਲੈਂਦੀ ਨਹੀਂ ਕਦੇ ਅੱਗੇ ਹੈ ਅੱਛਾ ਦੇਤੀ ਨਾਮਦਾਰੀ ਵਧੀਆ ਕਰਿਆ ਮੇਰੇ ਕਣੀ ਨਹੀਂ ਚੱਕੀ ਜਾਂਦਾ ਹਰੇਕ ਵੀ ਆਹ ਕਰੂਗਾ ਕੰਮ ਉਹ ਲਿਆਊਗਾ ਦਵਾਈ ਟੂਹੀ ਨਾ ਗਰਮ ਕਰਾ ਲਈ ਸਾਥੋਂ ਮੈਂ ਤਾਂ ਉੱਥੇ ਪਹਿਲਾਂ ਕੇਲੇ ਤੇ ਡਿੱਗ ਪੈਣਾ ਸੀ ਪਤਾ ਨਹੀਂ ਕਿਹੜਾ ਮਰ ਗਿਆ ਕੇਲਾ ਸੁੱਟ ਗਿਆ ਪਹੀ ਚ ਉੱਥੇ ਤਿਲਕ ਕੇ ਚੂਲਾ ਤੜਾ ਲੈਣਾ ਸੀਗਾ ਪਤਾ ਨਹੀਂ ਕਿਹਦਾ ਕੰਮ ਹੈ ਕੰਜਰ ਦਾ ਇਹ ਜਾ ਬੂਵਾ ਮਰ ਜਾ ਗਾਹ ਤੁਸੀਂ ਚੜੀਲਾ ਟੱਕਰ ਗਿਆ ਮੈਨੂੰ ਕਿਹੜਾ ਕੀੜਾ ਪੈਣਾ ਸੀਗਾ ਜਿਹੜਾ ਆਪਣੀ ਪਹੀ ਚ ਕੇਲਾ ਡੇ ਅੱਗੇ ਛਿਰਕਾ ਕੀ ਪਤਾ ਕਿਹੜਾ ਸੀਗਾ ਸੜਿਆ ਹੋਇਆ ਕੀ ਪਤਾ ਕਿਹੜੇ ਕੰਜਰ ਦਾ ਕੰਮ ਹੈ ਕੋਈ ਕੰਜਰੀ ਸਿੱਟ ਕੇ ਗਈ ਹੈ ਲੈ ਸੱਚ ਮੇਰੀ ਯਾਦ ਆ ਗਿਆ ਉਹ ਜਰਨੈਲ ਦੀ ਮਾਂ ਮਿੰਦੋ ਆਪਦੇ ਪੋਤੇ ਨੂੰ ਲਈ ਜਾਂਦੀ ਸੀ ਉਹ ਖਾਂਦਾ ਜਾਂਦਾ ਸੀ ਇਹ ਸਾਰੇ ਉਹ ਮਿੰਦੋ ਦੇ ਕੰਮ ਨੇ ਬੇਵਾ ਦੇ ਉਹ ਸਿੱਟ ਕੇ ਗਈ ਹੈ ਰਾਹ ਚ ਅੱਛਾ ਅੱਛਾ ਫਿਰ ਤਾਂ ਉਸੇ ਦੇ ਕੰਮ ਨੇ ਲੈ ਦੇਖ ਲੈ ਦੇਖ ਲੈ ਜੇ ਤੂੰ ਆ ਟੁੱਟ ਜਾਂਦਾ ਨਾ ਵੀ ਚੜ ਜਾਂਦਾ ਨਾ ਹਸਪਤਾਲ ਚ ਵੀ ਲੈ ਤੂੰ ਪਰਾਂ ਇੱਕ ਸਾਈਡ ਤੇ ਡੇਗਦੇ ਵਿਚਾਲੇ ਸਿੱਟ ਕੇ ਗਈਆਂ ਅਗਲਾ ਤਿਲਕ ਜੂ ਆ ਹੋ ਤਿਲਕ ਗਿਆ ਮੈਂ ਤਾਂ ਖੜ ਕੇ ਮੈਂ ਕਰਦੀ ਆ ਉਹਦੇ ਨਾਲ ਗੱਲ ਜਾ ਕੇ ਕੰਜਰੀ ਕਿਸੇ ਥਾਂ ਦੀ ਵੀ ਤੂੰ ਸਾਡੇ ਉੱਚ ਪਹੀ ਦੇ ਵਿੱਚ ਕੇਲੇ ਦਾ ਛਿਲਕਾ ਡੇਗਦੀ ਐ ਉਰਾਂ ਪਰਾਂ ਡੇਗਦੇ ਤੂੰ ਰੂੜੀਆਂ ਤੇ ਜੇ ਕੰਜਰ ਦੀ ਲੱਤ ਟੁੱਟ ਜਾਂਦੀ ਤੇਰਾ ਪਿਓ ਸਾਂਹਦਾ ਮੇਰੇ ਤੇ ਮੇਰੀ ਕਿ ਮੈਨੂੰ ਕਿਉਂ ਕੰਜਰ ਕਹਿਨੀ ਐ ਤੇਰੀ ਨਾ ਟੁੱਟ ਜਾਂਦੀ ਲੱਤ ਮੇਰੇ ਕੋ ਟੁੱਟ ਜਾਂਦੀ ਕੇਲੇ ਛਿਲਕਾ ਕੋਈ ਤੂੰ ਲੰਗੇਗਾ ਕੰਜਰਾ ਮੈਂ ਤਾਂ ਆਪ ਜਾਉਂ ਤੇਰੇ ਨਾਲ ਨਾ ਤੁਸੀਂ ਨਹੀਂ ਜਾਣਾ ਹੈਗਾ ਮੈਂ ਇਕੱਲੀ ਜਾਊਂਗੀ ਮੈਂ ਜਾਵਾਂਗੇ ਅਸੀਂ ਨਹੀਂ ਕਦੇ ਫੇਰ ਨਹੀਂ ਡੇਗੂਗੀ ਉਹ ਨਾ 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 ਜਾਵਾਂਗੇ ਅਸੀਂ ਤਾਂ ਨਾ ਨਾ ਇਕੱਠੇ ਚੱਲਾਂਗੇ ਨਹੀਂ ਨਹੀਂ ਭਾਈ ਚੁੱਪ ਕਰਕੇ ਬਣੇ ਇਕੱਠੇ ਤੇ ਇਕੱਠੇ ਜਿਵੇਂ ਬਰਾਤ ਜਾਂਦੇ ਵੀ ਨੇ ਆ ਜਾਂਦੇ ਨੇ ਨਾ ਜਾਵਾਂਗੇ ਫੇਰ ਅਸੀਂ ਤਾਂ ਅਸੀਂ ਨਹੀਂ ਲੜ ਕੇ ਆਉਣਾ ਉਹਦੇ ਨਾਲ ਬੜੇ ਲੜਨ ਦੇ ਲੈ ਆਹੋ ਨਾ ਨਾ ਨਾਲ ਜਾਵਾਂਗੇ ਅਸੀਂ ਤਾਂ ਨਹੀਂ
करके आवांगे गल संभाल के मैं इदा जाऊंगा। बे बैठ जा तुसी, मैं क्या बरात लेके जाना किते सनू ले जावे नाल। ना ना जाऊंगी मैं, ता मसा मौका मिले मैं ता मैं ता करूंगी कलेश ओदे नाल जाके। आ जाओ रुड़ जाओ, आ जाओ आमने आ आए के मैं छड़ दियो नू। तू कल्ली क्यों, सारे हक बनता जान का फिर नहीं कदे डेगूगी। जे भला कुछ लत टुट जाती सामभ ली फिर देख के बाकी मौज न। पूर्ण मासिया वह कलेसिया टब्बर किमें आता साढ़े घर चढ़ा चढ़ाया। आ जाओ भैन जी। ना मेरी गल सुन चाची, तू साड़ी पही तो फिर दी आपके पोते नाल, वह केले खाता फिर दी छिलके तू हाथी खिला रही है। ना ना पुत, तो मैं पही दी साइड ते सिटे ते विचाले नहीं मैं सिटे। आ सिटे ते साइड ते आ कंजर ता ते डिग पैना ती गन लत तला लेनी ती, तू साडी लत तला नु डेगे ते उथे। ना पहली गल ते तेरी हिम्मत किवें होई साडी पही च केले छिलके डेगन दी, तेरे प्यो दी पही ते हो ओ ते छिलके खराब गई है तू। कोई ना सुपाल, मैं तो गलती मान लिया पुत, गलती ना सिट बैठी मैं। आई करदियां हुंदियां ने तेरे वर्गियां नुकसान करके मगरों कहंदियां ने गलती हो गई। जे भला हे डिग पैंदा उथे दी लत वा टुट जांदी फेर दस इहनू कंजर नू कौन सामदा सिआपा ते सानू ही करना पैंदा इहदा। कोई ना भैणे मैं गलती मानदी आ, गलती ना सिटे गे। आए कि मैं गलती ना मानदी आ, गलती मानदी आ कि गलती ना सिटे गे। है जे असीं थोड़े बार च सिट दिए थोड़ी पैसे सिट दिए फिर है जो उ तेरा मुंडा तिलक के डिग जे लत टुट जे ओदी, जे तू डिग जे तेरी टुट जे फिर। हाँ फिर लगे नू पता। हाँ कोई ना पुत, मैं सोथो माफी मंगी आनी आ, मैं मुड़ के सोडी पही भी नहीं चढ़दी, मेरा खेड़ा छड्डो। हुण कह नहीं मैं पही ते नहीं चढ़दी, नहीं तू चढ़दी रहेंगी जे पही ते, तेरी हिम्मत किवें होई साडी पही जान दी। तू तो पोते नहीं आए फिरदी ते पही दे विच केले खवाउंदी जिवें चंडीगढ़ कमाउंदी फिरदी हुन्नी आ। चंडीगढ़ ना किते, चंडीगढ़ आए कमा लू अगला, आए छड़ दू केले इत्थे। उथे नहीं सिट सकता कोई, आए इधे वर्गी बागी गया चंडीगढ़ फड़के अंदर कर देने जे कानून ने इत। हाँ, यही गल है। मेरी निगाह ता माड़ी जी पैगी दी तेरे ते उदों, जे मैनूं ऐ पता लग जांदा ना तू छिलके डेगण ले रही है, मैं फड़ के गूतनी तेरी ओदी घुमा दिंदी, ओदी दसदी तैनूं वी किवें डेगदे हुंदे ने। मैं सानूं बारी बारी तां कही आनी आ भैणे वी मैं मुड़ के सोडी पही ते आउंदी नहीं। ना के देख नहीं फिर, मैं तैनूं दिखाऊं पचक्का, मैं तैनूं दस्से नहीं साडी बुड़ी ने, जे के तुरत पैर दस दंदी तैनूं मैं थिकड़ी सी फिरदी तेरी बणाउंदी रेल समार के। जे मैनूं ओदी दस दंदी इह वी दो फिरदी है, मैं ओदी आउंदी तेरा जलूस ओदी कढ़दी। तू मैनूं ऐ दस पहलां साडी पही ते जाण दी हिम्मत किवें होई तेरी। मैं सुपाल तो बारी बारी माफी मंगी आनी आ पुत, मेरा पोता जिद पै गया भी तू बीबी इधर लै चल, मैं तां आपदी पही ती घुमा लैनी हुन्नी आ, मैं तां किते गई नहीं ती उधर। अके जिद करदा ती मेरा पोता बणी आ जिद दी, जे मैनूं पता लग जांदा मौके ते ना तैनूं खिचदी उत्थे पुछदी तैनूं भी की भा विकदी हैगी, खवाउंदी खवाउंदी आपदे वाली पही ते छिरकियां वेले साडे वाली पही चढ़ियाई। तू तां सिट्टे ही मौज नाल, ना जे कंजर डिग पैंदा तिलके लत टुट जांदी इहदी फेर। चल इहदा जवान ती चल बच गया, तिलकदा तिलकदा बच गया, ना जे आ बुढ़ी डिग पैंदी साडी इहदा तुआ टुट जांदा, इहदा मूंह टड के पै जांदी मौज नाल, इहनूं की तिका कम्म कुम्मां दा, कम्म मैनूं करने पैंदे सारे नाल, इहदा झुस मड़ूआ करना पैंदा फेर। अस कोई ना पुत सुपाल, मैं सोथों गलती मन्नी जांदी आ, मैं सोड़े सारे ने पैरी हथ ला दनी आ, मैं तो बहुत वड्डी गलती हो गई, एक बार माफ कर दो पुत, मैं तो जिंदगी जी भी नहीं यही जी गलती करती, सोडी पही तो की चढ़ना, मैं किसी की भी नहीं पही चढ़ती, एक बार मैनू माफ कर दो, मैं तो सोडे पैरी हथ ला दनी आ, लै भैने तेरे ला दनी आ। बच गई तू तेरी किस्मत तेज तेज की ता। हाँ नहीं तो रगड़ी जांदी, हाथ दे के रख ले तेनू रब ने। हाँ हाँ जे सानू ओदो पता लग जांदा ना तेनू इहा जा सब कुछ क्यों दे, असी सारी उम्र नहीं भुलदी थी तू। हाँ हुण मुंह नहीं करदी बेबे तेरे गणिता। हुण चढ़ के देखी साडी पही ते कोली लग जी छड़कती, चढ़ के देखनी। हाँ देवांगे तेनू पता, मैं कल्ली हर कपड़ पाई गया बोली नहीं हैगे। बोले क्यों नहीं गए? कदे बोले? हाँ ना आ बोली बोली ता हैगे ते होर असी नहीं बोली है तू। हाँ मैं कल्ली ने जग जिथे वो सुखरा बला टली। आ जा आ जा पम्मी भैने, होर किवें? ठीक है भैने वधिया। मैं जे तू सुना किवें? वधिया वधिया, तू दस। काम जी नवेड़ के हटी सी, मैं चल गायन को जाके आवा 10 मिनट। चल वधिया करे भैने, होर सुना?
ਹੋਰ ਤਾਂ ਠੀਕ ਹੈ। ਬੇਬੇ ਨੂੰ ਫੋਨ ਕਰਿਆ ਸੀ, ਬੇਬੇ ਥੋੜੀ ਜਿਹੀ ਢਿੱਲੀ ਜੀ ਹੋ ਰਹੀ ਹੈ। ਅੱਛਾ, ਢਿੱਲੀ ਹੋ ਰਹੀ ਹੈ? ਹੋਰ, ਕਹਿੰਦੀ ਬੁਖਾਰ ਚੜਿਆ ਪਿਆ। ਮੈਂ ਕਿਹਾ ਚੱਲ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈ ਲੈ, ਟੀਕਾ ਟੂਕਾ ਲਵਾ ਲੈ ਚੱਜ ਦਾ। ਸਹੀ ਗੱਲ ਹੈ ਭੈਣੇ, ਦਵਾਈ ਟਾਈਮ ਸਿਰ ਹੀ ਲੈਣੀ ਚਾਹੀਦੀ ਹੈ। ਬੁਢਾਪੇ 'ਚ ਨਾਲੇ ਔਖਾ ਹੋ ਜਾਂਦਾ ਹੈ, ਬੁਖਾਰ ਤਾਂ ਹੋਰ ਵੀ ਕਮਜ਼ੋਰਾ ਕਰ ਦਿੰਦਾ ਬੁਢਾਪੇ 'ਚ ਆ ਕੇ ਬੰਦੇ ਨੂੰ। ਹੋਰ ਕਿਹਾ ਤੀ ਮੈਂ, ਮੈਂ ਕਿਹਾ ਚੱਜ ਦੀ ਦਵਾਈ ਲੈ ਲੈ, ਬਾਈ ਨੂੰ ਲੈ ਜਾ ਨਾਲ, ਘਰੇ ਪਈ ਤੀ ਲੈ ਗੋਲੀ ਲੈ ਕੇ। ਕਹਿੰਦੀ ਹੁਣ ਤਾਂ ਫਰਕ ਲੱਗਦਾ। ਮੈਂ ਕਿਹਾ ਜੇ ਤਾਂ ਤੈਨੂੰ ਫਰਕ ਲੱਗਦਾ ਤਾਂ ਠੀਕ ਹੈ, ਨਹੀਂ ਤੂੰ ਆਪਦਾ ਜਾ ਕੇ ਚੰਗੇ ਡਾਕਟਰ ਨੂੰ ਦਿਖਾ, ਵਧੀਆ ਦਵਾਈ ਲੈ। ਹਾਂ ਫਿਰ ਵਧੀਆ ਦਵਾਈ ਲਵੇ, ਕੋਈ ਨਾ ਭੈਣੇ ਹੋ ਜੂਗੀ ਠੀਕ। ਮੈਂ ਤਾਂ ਆਪ ਆਪਦੀ ਬੇਬੇ ਨੂੰ ਕਹਿੰਦੀ ਰਹਿੰਦੀ ਹਾਂ ਵੀ ਬੇਬੇ ਤੂੰ ਚੱਜ ਦੀ ਵਧੀਆ ਦਵਾਈ ਲੈ ਕੇ ਰੱਖਿਆ ਕਰ, ਆਪਦੀ ਸਿਹਤ ਦਾ ਖਿਆਲ ਰੱਖਿਆ ਕਰ, ਔਖਾ ਹੋ ਜਾਂਦਾ ਬਾਅਦ 'ਚ। ਇੱਕ ਤਾਂ ਭੈਣੇ ਤੈਨੂੰ ਮੇਰੀ ਬੇਬੇ ਦੀ ਗੱਲ ਦੱਸਦੀ ਹਾਂ, ਇੱਕ ਤਾਂ ਟਿਕਦੀ ਨਹੀਂ, ਸਾਰਾ ਦਿਨ ਆ ਵੀ ਕਰ ਲਾਂ ਆ ਵੀ ਕਰ ਲਾਂ, ਜੇ ਇੱਕ ਮਿੰਟ ਉਹ ਬਹਿ ਜੇ ਫਿਰ ਖੇਚਲਾਂ ਨਾਲ ਬੁਖਾਰ ਚੜ ਜਾਂਦਾ। ਆਪਦੀ ਸਿਹਤ ਕਨੀ ਤਾਂ ਦੇਖਦੀ ਨਹੀਂ ਵੀ ਮੇਰਾ ਬੁਢਾਪਾ ਹੈਗਾ, ਮੈਂ ਹਿਸਾਬ ਦਾ ਕੰਮ ਕਰਾਂ, ਹਟਦੀ ਨਹੀਂ। ਸਹੀ ਗੱਲ ਹੈ ਤੇਰੀ ਗਗਨ, ਪਤਾ ਕੀ ਹੈ ਪੁਰਾਣੇ ਬੰਦੇ ਨਾ ਕੰਮ ਕਰਨ ਨੂੰ ਹੱਡਦੇ ਨਹੀਂ, ਕਰਿਆ ਹੁੰਦਾ ਉਹਨਾਂ ਦਾ, ਬਸ ਜਦੋਂ ਹੁਣ ਬੜੇਪਾ ਸਰੀਰ ਹੈ ਨਹੀਂ ਚੱਲਦਾ, ਕਮਜ਼ੋਰ ਹੋ ਜਾਂਦੇ ਨੇ ਹੱਡ, ਫਿਰ ਕਿੱਥੇ ਉਹ ਸਰੀਰ ਤਾਂ ਨਹੀਂ ਰਹਿੰਦਾ ਸਦੋ ਸਦੀ। ਅਸੀਂ ਤਾਂ ਕਹਿੰਦੇ ਹਾਂ ਟਿਕਿਆ ਜਾਂਦਾ ਨਹੀਂ ਇਹਨਾਂ ਤੋਂ, ਹੋਰ ਇਹਨਾਂ ਨੂੰ ਬਸ ਐਂ ਰਹਿੰਦਾ ਵੀ ਆ ਵੀ ਕਰ ਲਾਂ ਆ ਵੀ ਕਰ ਲਾਂ, ਵਿਹਲੀ ਨਾ ਮੈਂ ਬੈਠਾਂ, ਕੰਮ 'ਚ ਹੱਥ ਵਟਾਈ ਚੱਲਾਂ ਦੂਜਿਆਂ ਨਾਲ। ਹਾਂ ਇਹ ਵੀ ਗੱਲ ਤੇਰੀ ਸਹੀ ਹੈ ਭੈਣੇ। ਹੋਰ ਸੁਣਾ ਭੈਣੇ ਕੋਈ ਗੱਲਬਾਤ ਗਗਨ? ਕੋਈ ਗੱਲਬਾਤ ਨਹੀਂ ਭੈਣੇ, ਤੂੰ ਸੁਣਾ। ਸੱਚ ਤੈਨੂੰ ਇੱਕ ਹੋਰ ਗੱਲ ਪਤਾ, ਆ ਜਿਹੜੇ ਧਾਲੀਵਾਲ ਵੱਜਦੇ ਨੇ ਜਿਨ੍ਹਾਂ ਦੇ ਬਾਰ ਅੱਗੇ ਲੀਲੀ ਜੀ ਟਰਾਲੀ ਖੜੀ ਹੁੰਦੀ ਹੈ, ਇਹਨਾਂ ਦੀ ਬੁੜੀ ਦਾ ਕਲੇਸੀਆਂ ਦੇ ਲਾਣੇ ਨਾਲ ਪੈ ਗਿਆ ਕੱਲ ਪੰਗਾ। ਵਿਚਾਰੀ ਦੀ ਘਰੇ ਆ ਕੇ ਬਾਹਲੀ ਬੇਇੱਜ਼ਤੀ ਕਰਕੇ ਗਏ ਨੇ, ਉਹ ਕਲੇਸੀ ਆ ਕੇ ਬਲਾਈ ਲੜਕੇ ਗਏ ਨੇ ਉਹਦੇ ਨਾਲ। ਕਿਹੜੇ ਕਲੇਸੀ ਭੈਣੇ? ਮੈਨੂੰ ਨਹੀਂ ਪਤਾ, ਮੈਂ ਨਹੀਂ ਸਮਝੀ। ਤੂੰ ਨਹੀਂ ਸੁਣਿਆ ਕਲੇਸੀਆਂ ਦਾ ਲਾਣਾ? ਆ ਆਪਣੇ ਬਾਰ ਬਾਰ ਢਾਣੀ ਜੀ 'ਚ ਨੇ ਬਾਲੇ ਕਲੇਸੀ ਨੇ, ਸਾਰਾ ਤਾਂ ਪਿੰਡ ਜਾਣਦਾ ਉਹਨਾਂ ਨੂੰ, ਪੁੱਜ ਕੇ ਕਲੇਸੀ ਨੇ, ਉਹ ਤਾਂ ਮੁੱਲ ਕਲੇਸ ਭਾਲਦੇ ਨੇ ਬਸ, ਸਮਝ ਲੈ ਤੂੰ, ਸਾਰਾ ਟੱਬਰ ਕਲੇਸੀ ਆ ਉਹਨਾਂ ਦਾ। ਲੈ ਕਮਾਲ ਹੋ ਗਈ, ਕੋਈ ਇਹੀ ਜਿਹਾ ਟੱਬਰ ਵੀ ਰਹਿੰਦਾ ਆਪਣੇ ਪਿੰਡ 'ਚ? ਹੋਰ ਹੁਣ ਸੋਨੂੰ ਪਤਾ ਨਹੀਂ, ਹੁਣ ਤਾਂ ਸੋਨੂੰ ਇੱਥੇ ਆਇਆ ਨੂੰ ਵੀ 8-9 ਮਹੀਨੇ ਹੋ ਗਏ, ਉਹਨਾਂ ਨੂੰ ਤਾਂ ਸਾਰੇ ਜਾਣਦੇ ਨੇ, ਹੁਣ ਤੱਕ ਤਾਂ ਸੋਨੂੰ ਉਹਨਾਂ ਦਾ ਪਤਾ ਲੱਗ ਜਾਣਾ ਚਾਹੀਦਾ ਸੀ, ਮਹਾਂ ਕਿਤੇ ਲੈ ਸੋਨੂੰ ਪਤਾ ਹੋਊਗਾ, ਬਾਲਾ ਟੱਬਰ ਕਲੇਸੀ ਆ ਭੈਣੇ, ਬਾਲੇ ਭੈੜੇ ਨੇ ਉਹ ਤਾਂ। ਨਾ ਭੈਣੇ ਮੈਨੂੰ ਨਹੀਂ ਪਤਾ ਸੀ, ਮੈਨੂੰ ਤਾਂ ਇੱਥੋਂ ਪਤਾ ਲੱਗਿਆ ਵੀ ਉਹ ਇੰਨੇ ਕਲੇਸੀ ਨੇ। ਹਾਂ ਸੱਚ, ਕੀ ਗੱਲ ਹੋ ਗਈ ਇਹਨਾਂ ਦੀ ਬੁੜੀ ਦੀ ਉਹਨਾਂ ਨਾਲ? ਕੀ ਗੱਲ ਹੋਣੀ ਸੀ ਭੈਣੇ, ਗੱਲ ਵੀ ਕੋਈ ਖਾਸ ਨਹੀਂ ਹੋਈ, ਉਹ ਵਿਚਾਰੀ ਮਿੰਦੋ ਵਿਚਾਰੀ ਆਪਦੇ ਪੋਤੇ ਨੂੰ ਇੱਧਰ ਖੜਿਆਉਣ ਆਈ ਸੀ ਇਹਨਾਂ ਦੀ ਕਲੇਸੀਆਂ ਦੀ ਪਹੀ ਤੇ, ਵਿਚਾਰੀ ਗੇੜਾ ਦਬਾਉਣ ਆਈ ਹੋਊਗੀ, ਉਹ ਜਵਾਕ ਕਿਤੇ ਕੇਲਾ ਖਾਈ ਜਾਂਦਾ ਸੀ, ਉਹਨੇ ਤਾਂ ਕੇਲਾ ਖਾ ਕੇ ਛਿਲਕਾ ਉਹਨਾਂ ਦੀ ਪਹੀ ਤੇ ਡੇਗਤਾ, ਹੁਣ ਜਵਾਕ ਨੂੰ ਕੀ ਪਤਾ, ਕਿਤੇ ਇਹਨਾਂ ਦਾ ਮੁੰਡਾ ਕਲੇਸੀਆਂ ਦਾ ਤੁਰਿਆ ਆਉਂਦਾ ਸੀ ਪਹੀ ਤੇ ਜੱਸਾ, ਉਹਨੇ ਕਿਤੇ ਤਿਲਕ ਕੇ ਡਿੱਗ ਜਾਣਾ ਸੀ, ਬਸ ਇੱਥੋਂ ਕੰਮ ਚੱਲਿਆ ਇਹਨਾਂ ਦਾ। ਬਸ ਭੈਣੇ ਉਹਨਾਂ ਨੂੰ ਕਲੇਸੀਆਂ ਨੂੰ ਲੱਗ ਗਿਆ ਪਤਾ ਵੀ ਇੱਥੋਂ ਮਿੰਦੋ ਲੰਘੀ ਜਾਂਦੀ ਸੀ, ਨਾਲੇ ਉਹਦਾ ਪੋਤਾ ਵੀ ਉਹਨਾਂ ਨੇ ਸਿੱਟਿਆ, ਬਸ ਉਹਨਾਂ ਨਾਲ ਜਾ ਕੇ ਵਿਚਾਰਿਆਂ ਨਾਲ ਉਹ ਕਰੀ ਜਿਹੜੀ ਨਾ ਕਰਨੀ ਹੋਵੇ, ਇੰਨਾ ਕਲੇਸ਼ ਕਰਿਆ ਉਹਨਾਂ ਦੇ ਘਰੇ ਜਾ ਕੇ ਵਿਚਾਰਿਆਂ ਦੇ, ਮਿੰਦੋ ਕੇ ਜਲੂਸ ਕੱਢਤਾ ਉਹਨਾਂ ਦਾ ਤਾਂ, ਬਸ ਪੁੱਛ ਨਾ ਭੈਣੇ, ਕਹਿੰਦੇ ਪੈਰੀ ਹੱਥ ਲਾ ਕੇ ਖਹਿੜਾ ਛਡਾਇਆ ਇਹਨਾਂ ਨੇ ਉਹਨਾਂ ਤੋਂ। ਲੈ ਕਿੱਡੀ ਕੁ ਗੱਲ ਸੀ, ਲੈ ਇਹ ਤਾਂ ਫਿਰ ਭੈਣੇ ਬਾਲਾ ਮਾੜਾ ਕੰਮ ਹੋਇਆ, ਐਡੀ ਤਾਂ ਗੱਲ ਹੀ ਨਹੀਂ ਸੀ ਕਲੇਸ਼ ਵਧਾਉਣ ਵਾਲੀ, ਫਿਰ ਕੀ ਹੋ ਗਿਆ ਸੀ, ਇਹ ਛਿਲਕਾ ਡਿੱਗ ਗਿਆ ਸੀ, ਊਂ ਚੱਲ ਮਾੜਾ ਮੋਟਾ ਚੱਲ ਲਾਂਬਾ ਦੇ ਦਿੰਦੇ। ਭੈਣੇ ਤੂੰ ਲਾਂਬੇ ਦੀ ਗੱਲ ਕਰਦੀ ਹੈ, ਉਹਨਾਂ ਨੂੰ ਤਾਂ ਮਸਾਂ ਮੌਕਾ ਦਿਆ ਸੀ ਕਲੇਸ਼ ਦਾ, ਉਹ ਤਾਂ ਮੌਕਾ ਭਾਲਦੇ ਨੇ ਗਗਨ, ਉਹਨਾਂ ਨੂੰ ਤਾਂ ਕੋਈ ਨਾ ਕੋਈ ਗੱਲ ਥੀ ਹੋਣੀ ਚਾਹੀਦੀ ਹੈ ਬਸ ਕਲੇਸ਼ ਪਾਉਣ ਦੀ, ਇਹ ਤਾਂ ਭੈਣੇ ਬਹਾਨਾ ਭਾਲਦੇ ਨੇ ਕਲੇਸ਼ ਦਾ, ਤਾਂ ਹੀ ਤਾਂ ਇਹਨਾਂ ਨੂੰ ਕਲੇਸੀਆਂ ਦਾ ਟੱਬਰ ਕਹਿੰਦੇ ਨੇ। ਅੱਛਾ, ਫਿਰ ਇਹਨਾਂ ਦਾ ਕਿਸੇ ਚੱਜ ਦੇ ਬੰਦੇ ਨਾਲ ਬਾਹ ਨਹੀਂ ਪਿਆ, ਜਿੱਦਣ ਪੈ ਗਿਆ ਅਗਲਾ ਤਜਰਬਾ ਦਿਖਾ ਦੂ, ਹਜੇ ਕੋਈ ਮਿਲੇ ਹੀ ਨਹੀਂ ਇਹਨਾਂ ਨੂੰ। ਨਹੀਂ ਤੂੰ ਛੱਡ, ਕਿਹੜੀਆਂ ਗੱਲਾਂ ਕਰਦੀਆਂ, ਇਹਨਾਂ ਦਾ ਨਹੀਂ ਕੋਈ ਮੁਕਾਬਲਾ ਕਰ ਸਕਦਾ, ਵੱਡੇ ਵੱਡੇ ਹੱਥ ਬੰਨ ਕੇ ਗਏ ਨੇ ਇਹਨਾਂ ਮੂਹਰੇ ਤਾਂ, ਸਾਰਾ ਪਿੰਡ ਡਰਦਾ ਇਹਨਾਂ ਤੋਂ। ਲੈ ਮੈਂ ਤੈਨੂੰ ਇਹਨਾਂ ਦੀ ਇੱਕ ਹੋਰ ਗੱਲ ਦੱਸਦੀ ਹਾਂ, ਸੁਣ ਲੈ ਚੰਗੀ ਤਰ੍ਹਾਂ, ਜਦੋਂ ਇਹਨਾਂ ਦਾ ਮੁੰਡਾ ਨਹੀਂ ਵਿਆਹਣਾ ਸੀ ਆਹ ਜੱਸਾ, ਇਹਨਾਂ ਨੇ ਨਾ ਬਹੁਤ ਕੁੜੀਆਂ ਦੇਖੀਆਂ, ਵਾਧੂ ਛੱਡੀਆਂ, ਪਤਾ ਅਗਲੇ ਮੂਹਰੇ ਕੀ ਡਿਮਾਂਡ ਰੱਖਦੇ ਸੀ, ਕਹਿੰਦੇ ਸਾਨੂੰ ਤਾਂ ਕੁੜੀ ਕਲੇਸਣ ਚਾਹੀਦੀ ਹੈ, ਫੇਰ ਅਗਲੀ ਨਾਲ ਸਾਡਾ ਨਿਭੂ, ਨਹੀਂ ਸਾਨੂੰ ਐ ਚੁੱਪ ਕੀਤੀ ਜੀ ਕੁੜੀ ਦੀ ਨਹੀਂ ਚਾਹੀਦੀ। ਅੱਛਾ, ਆਈਡੀ ਮੰਗ ਸੀ ਇਹਨਾਂ ਦੀ? ਲੈ ਕੁੜੇ ਕਹੀ ਜੀ ਡਿਮਾਂਡ ਹੋਈ ਇਹਨਾਂ ਦੀ? ਹੋਰ ਮੈਂ ਤੈਨੂੰ ਝੂਠ ਥੋੜੀ ਬੋਲਦੀ ਆ, ਸਾਰੇ ਪਿੰਡ ਨੂੰ ਪਤਾ ਇਹ ਗੱਲ ਦਾ, ਇਹਨਾਂ ਨੇ ਬਥੇਰੀਆਂ ਕੁੜੀਆਂ ਦੇਖੀਆਂ, ਕੋਈ ਕੁੜੀ ਨਹੀਂ ਸੈੱਟ ਬੈਠੀ ਇਹਨਾਂ ਦੇ, ਹੁਣ ਅਗਲਾ ਕਿਹੜਾ ਕਹੇ ਵੀ ਸਾਡੀ ਕੁੜੀ ਕਲੇਸਣ ਹੈ, ਬਾਕੀ ਭਾਈ ਮਿਲਦੀ ਵੀ ਨਹੀਂ ਸੀ ਇਹਨਾਂ ਨੂੰ ਉਹੀ ਜੀ, ਆਖਰ ਭਾਈ ਇਹ ਥੱਕ ਹਾਰ ਕੇ ਬਹਿ ਗਏ, ਇਹਨਾਂ ਨੂੰ ਕਿਤੋਂ ਕੁੜੀ ਨਾ ਥਿਆਈ, ਫੇਰ ਇਹਨਾਂ ਨੇ ਸਕੀਮ ਲਾਈ, ਇਹਨਾਂ ਨੇ ਨਾ ਅਖਬਾਰ 'ਚ ਕਢਾਤਾ, ਉਹ ਆਉਂਦਾ ਨਹੀਂ ਹੁੰਦਾ ਕੰਨਿਆਂ ਦੀ ਲੋੜ ਵਰ ਦੀ ਲੋੜ? ਹਾਂ ਆਉਂਦਾ ਹੁੰਦਾ, ਹਾਂ ਦੇਖ, ਫੇਰ ਇਹਨਾਂ ਨੇ ਉਹ ਸਕੀਮ ਲਾਈ ਅਖਬਾਰ 'ਚ ਕਢਾਈ, ਇਹਨਾਂ ਨੇ ਭਾਈ ਫਿਰ ਐਂ ਕਢਵਾਇਆ ਅਖਬਾਰ 'ਚ ਵੀ ਸਾਡਾ ਵੱਜਦਾ ਕਲੇਸੀਆਂ ਦਾ ਟੱਬਰ, ਸਾਨੂੰ ਸਾਡੇ ਮੁੰਡੇ ਵਾਸਤੇ ਕਲੇਸਣ ਨੂੰ ਚਾਹੀਦੀ ਹੈ, ਫੇਰ ਕਿਤੇ ਜਾ ਕੇ ਇਹਨਾਂ ਨੂੰ ਕੂਲਰੀਆਂ ਤੋਂ ਦੱਸ ਪਈ, ਉਹ ਵੀ ਗਾਹਾਂ ਕਹਿੰਦੇ ਕਹਾਉਂਦੇ ਪੰਗੇ ਵਾਸਤੇ, ਫੇਰ ਭਾਈ ਉਹਨਾਂ ਨੇ ਇਹਨਾਂ ਨੂੰ ਫੋਨ ਕਰਿਆ ਵੀ ਸਾਡੀ ਕੁੜੀ ਤੁਹਾਡੇ ਮੁੰਡੇ ਦੇ ਜਮਾਂ ਯੋਗ ਹੈ, ਫੇਰ ਕਿਤੇ ਜਾ ਕੇ ਇਹ ਕੂਲਰੀਆਂ ਤੋਂ ਉਹਨੂੰ ਵਿਆਹ ਕੇ ਲਿਆਏ ਜੱਸੇ ਨੂੰ।
अच्छा अच्छा फिर मैं तेनू दसता भैने किसी चज की जनानी नाल बाह ही नहीं पिया जिदन बाह पै गया उन्हू पता लग जू मैं मूं नहीं यही जी तो डरदी तू डरदी होवेगी मैं भी अगो यही जी हाँ तू रहन दे भैने तू ओ मूह ना लग जी कित तैं की लैना तो पंगा ना ले ली कि तेरा खेड़ा नहीं छड़ना उन्हें ले दस एक तो भैने तू डरदी बाला एक साडे पिंड वाले जेड़े उन्हां तो डरदे ने तां ही तां ओह सिर चढ़ गए बड़े कलेसी ऊई चुप कर जांदे ने डर के डर ही चंगा भैने की लैना भुंडां दे खखर नूं छेड़ के ले दस ले भैने बाई भी आ गया चंगा फिर मैं तां जावां है बह जा चाह बनाउनी है चाह पी के जाई चाह दी की गल है उधर भी तेरी होई है कुछ नहीं हुंदी बह जांदा 10 मिंटां नाल की फर्क पैंदा ती ना बस कोई ना फिर मारूं गेड़ा मैं कोई ना आ की लेके आए इधर रंग जी ले जो तो वास्ते जमीन वेच के उरे ना ले लिए नाले अपनी बद बन जुग 2 किले ओ मैं कहना यार आपा केड़ा करनी है अपना वधिया कम रुड़ पिया प्रॉपर्टी डीलर आला ਆਪਾਂ ਤਾਂ ਉੱਥੇ ਵੀ ਠੇਕੇ ਤੇ ਦੇਣੀ ਆ ਉਰੇ ਵੀ ਠੇਕੇ ਤੇ ਦੇਣੀ ਹੈਗੀ ਹਾਂ ਉਹ ਤਾਂ ਤੁਹਾਡੀ ਗੱਲ ਠੀਕ ਹੈ ਉਹ ਐਂ ਸੀ ਨੇੜੇ ਸੌਖਾ ਹੋ ਜਾਂਦਾ ਹੈ ਨਾਲੇ ਤੁਸੀਂ ਖੇਤ ਗੇੜਾ ਮਾਰ ਲੈਂਦੇ ਨਾਲੇ ਠੇਕਾ ਫੜਨਾ ਸੌਖਾ ਹੈ ਫਿਰ ਵੀ ਆਪਦਾ ਨੇੜੇ ਤਾਂ ਹੋ ਜੇ ਸੌਖਾ ਹੋ ਜੂ ਕੰਮ ਚੱਲ ਦੇਖਦੇ ਆ ਕੋਈ ਨਾ ਜੇ ਰੇਟ ਰੂਟ ਵਧੀਆ ਮਿਲ ਗਿਆ ਫਿਰ ਦੇਖ ਲਾਂਗੇ ਹੋਰ ਕੀ ਹੈ ਕਾਲੀ ਨਹੀਂ ਕਰਦੇ ਹਾਂ ਠੀਕ ਹੈ ਤਾਂ ਹਾਂ ਹੋਰ ਚੱਲ ਮੈਂ ਪਾਣੀ ਲੈ ਕੇ ਆਉਂ ਲਿਆ ਹਲੋ ਹੋਰ ਲੈ ਮਾ ਚਾਹ ਬਣਾ ਮੈਂ ਚਾਹ ਨਾ ਚਾਹ ਮੈਂ ਉੱਥੇ ਪੀ ਕੇ ਆਇਆ ਪਿੰਡ ਗਿਆ ਤੀ ਦੇਖਾ ਅੱਛਾ ਹਾਂ ਉੱਥੇ ਫਿਰ ਯਾਰ ਦੋਸਤਾਂ ਦੇ ਘਰੇ ਗਿਆ ਤੀ ਉਹਨਾਂ ਨੇ ਸਾਰਾ ਨਹੀਂ ਬਣਾ ਲਈ ਤੀ ਵਿਚਾਰਿਆਂ ਦੇ ਅੰਡੀਆਂ ਗਵੰਡੀਆਂ ਤਾਂ ਆਪਣਾ ਪਿੰਡ ਵੀ ਵਧੀਆ ਸੀ ਉੱਥੇ ਸਹੂਲਤਾਂ ਘੱਟ ਨੇ ਜਵਾਕ ਦੀ ਪੜ੍ਹਾਈ ਦਾ ਔਖਾ ਹੋ ਜਾਂਦਾ ਕੋਈ ਨੇੜੇ ਤੇੜੇ ਸਕੂਲ ਵੀ ਨਹੀਂ ਸੀ ਹੋਰ ਤਾਂ ਹੀ ਕਰਕੇ ਤਾਂ ਫਿਰ ਹੋਇਆਗਾ ਸਕੂਲ ਹੀ ਨਹੀਂ ਤੀ ਕੋਈ ਨੇੜੇ ਜਦੋਂ ਹੋਰ ਉਰੋਂ ਦੇ ਬੰਦੇ ਵੀ ਵਧੀਆ ਨੇ ਯਾਰ ਮਿਲਣ ਮਰਾਪ ਨੂੰ ਸਾਰੇ ਵਧੀਆ ਨੇਗੇ ਮੇਲ ਮਲਿਆਪ ਕਾਦਾ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਹਾਂ ਆ ਪੰਮੀ ਆਈ ਸੀ ਉਹ ਦੱਸ ਕੇ ਗਈ ਹੈ ਉਰੇ ਇੱਕ ਕਲੇਸੀਆਂ ਦਾ ਟੱਬਰ ਵੀ ਰਹਿੰਦਾ ਹੈ ਅੱਛਾ ਕਹਿੰਦੀ ਬਾਲਾ ਭੈੜਾ ਟੱਬਰ ਹੈ ਉਹ ਉਹਨਾਂ ਦੀ ਨੂੰ ਸਾਰਿਆਂ ਨੂੰ ਵੱਡੀ ਕਲੇਸਣਾ ਹੈ ਸਾਰਾ ਦਿਨ ਬਹਾਨੇ ਭਾਲਦੀ ਹੈ ਵੀ ਮੇਰਾ ਕਿਸੇ ਨਾ ਕਲੇਸ਼ ਪਿਆ ਹੀ ਰਹੇ ਅੱਛਾ ਯਾਰ ਹੋਰ ਆਪਾਂ ਤਾਂ ਕਿਸ ਤੋਂ ਸੁਣਿਆ ਨਹੀਂ ਯਾਰ ਕੋਈ ਇਹੋ ਜਿਹਾ ਟੱਬਰ ਲੈ ਆਪਾਂ ਕਾਹਦਾ ਸੁਣਨਾ ਸੀ ਆਪਾਂ ਕਿਹੜਾ ਕਿਸੇ ਨਾਲ ਜਾਦੇ ਖੁੱਲੇ ਆ ਆ ਤਾਂ ਕੁਦਰਤੀ ਹੁਣ ਮੈਨੂੰ ਪੰਮੀ ਦੱਸ ਕੇ ਗਈ ਹੈ ਉਹ ਆਪਣੇ ਪਿੰਡ 'ਚ ਜਿਹੜਾ ਨੀਲੀ ਜੀ ਟਰਾਲੀ ਨਹੀਂ ਖੜੀ ਹੁੰਦੀ ਬਾਹਰ 'ਚ ਹਾਂ ਉਹਨਾਂ ਦੀ ਬੁੜੀ ਹੈ ਜਿਹੜੀ ਕਹਿੰਦੀ ਉਹਨਾਂ ਨਾਲ ਬਾਲਾ ਕਲੇਸ਼ ਕਰਕੇ ਗਏ ਨੇ ਉਹ ਇੱਕ ਕੇਲੇ ਦੇ ਛਿਲਕੇ ਪਿੱਛੇ ਕੇਲੇ ਦੇ ਛਿਲਕੇ ਪਿੱਛੇ ਹੋਰ ਉਹ ਜਿਹੜੀ ਵਿਚਾਰੀ ਉਹਨਾਂ ਦੀ ਬੁੜੀ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਮਿੰਦੋ ਉਹ ਵਿਚਾਰੀ ਆਪਦੇ ਪੋਤੇ ਨੂੰ ਲਈ ਜਾਂਦੀ ਸੀ ਪਹੀ ਤੇ ਉਹ ਕਿਤੇ ਜੱਸੇ ਕੀ ਪਹੀ ਤੇ ਉਹ ਤੋਂ ਵਿਚਾਰੀ ਤੋਂ ਕੇਲੇ ਦਾ ਫੁੱਲ ਡਿੱਗ ਪਿਆ ਉਹਦਾ ਪੋਤਾ ਖਾਂਦਾ ਸੀ ਉਹਦੇ ਪਿੱਛੇ ਇੰਨਾ ਜਲੂਸ ਨਿਕਲੇ ਬੁਰਾ ਹਾਲ ਵਿਚਾਰੀ ਨੇ ਨਾ ਮਸਾਂ ਪੈਰੀਆਂ ਥਲਾ ਕੇ ਆਪਦਾ ਖਹਿੜਾ ਛਡਾਇਆ ਮੇਰੇ ਵਰਗੀ ਨਾਲ ਉਹਨਾਂ ਦਾ ਹਜੇ ਬਾਹ ਹੀ ਨਹੀਂ ਪਿਆ ਪਤਾ ਹੀ ਨਹੀਂ ਉਹਨਾਂ ਨੂੰ ਅੱਛਾ ਪੰਮੀ ਕਹਿੰਦੀ ਤੀ ਹੈ ਹਾਂ ਫਿਰ ਕਹਾ ਉਹਨੂੰ ਐ ਨਹੀਂ ਪਤਾ ਨਾ ਪੰਮੀ ਨੂੰ ਵੀ ਗਾਗਨ ਵੀ ਕਲੇਸੀਆਂ ਦੀ ਮਾਂ ਐ ਮੈਂ ਕਿਹਾ ਤੂੰ ਹੀ ਡਰੀ ਜਾਨੀ ਐ ਨਾਲੇ ਪਿੰਡ ਵਾਲੇ ਤਾਂ ਹੀ ਤਾਂ ਉਹ ਸਿਰ ਚੜ ਗਏ ਫਿਰ ਕਦੇ ਮੇਰੇ ਵਰਗੀ ਨਾਲ ਮਹਾ ਬਾਹ ਨਹੀਂ ਪਿਆ ਪੈ ਤਾਂ ਜਾਣ ਦੇ ਫਿਰ ਦੇਖਦੇ ਜਦੋਂ ਮੇਰੇ ਨਾਲ ਲੱਗਿਆ ਜੁੱਧ ਕੀ ਬਣਦੀ ਐ ਉਹਨਾਂ ਨਾਲ ਉਹ ਚੱਲ ਛੱਡ ਯਾਰ ਆਪਾਂ ਨੇ ਕੀ ਲੈਣਾ ਕਲੇਸ਼ ਦਾ ਮੂੰਹ ਕਾਲੀ ਹੁੰਦਾ ਹੈਗਾ ਆਪਾਂ ਨੂੰ ਕੀ ਲੋੜ ਹੈਗੀ ਆ ਪੰਮੀ ਕੇ ਵਧੀਆ ਨੇ ਵਿਚਾਰੇ ਵਧੀਆ ਆਪਣੇ ਨਾਲ ਸਹਿਚਾਰ ਐ ਇਹਨਾਂ ਦਾ ਹਾਂ ਇਹ ਤਾਂ ਗੱਲ ਹੈ ਹੋਰ ਹੁਣ ਕੀ ਲੈਣਾ ਆਪਾਂ ਨੇ ਦੇਖ ਲਓ ਚਾਹ ਬਣਾ ਲਿਓ ਨੀ ਆ ਜੇ ਪੀਣੀ ਐ ਬਣਾ ਲਿਆ ਚੱਲ ਯਾਰ ਉਂਜੀ ਜਾ ਤਾਂ ਕਰਦਾ ਨਹੀਂ ਤੀ ਮੇਰਾ ਤਾਂ ਕਰਦਾ ਹੈ ਬਣਾ ਕੇ ਲਿਆਉਣੀ ਆ ਬਣਾ ਲਿਆ ਗਗਨਾ ਹਾਂ ਉਹ ਯਾਰ ਮੈਂ ਨਾਲ ਦੇ ਪਿੰਡ ਜਾ ਕੇ ਆਉਣਾਗਾ ਜ਼ਮੀਨ ਜੀ ਦਿਖਾਉਣੀ ਹੈਗੀ ਉਹ ਫੋਨ ਚੱਕ ਰੀ ਜਾਂਦੇ ਨੇ ਠੀਕ ਹੈ ਜਾ ਆਇਓ ਹੋਰ ਚਲੋ ਜਾ ਆਇਆ ਮੈਂ ਮਾੜਾ ਜਿਹਾ ਹੈਲੋ ਹਾਂ ਹਾਂ ਬਾਈ ਹਾਂ ਹਾਂ ਜੀਤਾ ਬੋਲਦਾ ਅੱਛਾ ਨਾ ਨਾ ਕੋਈ ਨਾ ਦਵਾ ਦਾਂਗੇ 4 ਕਿੱਲੇ ਹਾਂ ਹੈਗਾ ਟੱਕ ਮੇਰੀ ਨਿਗਾ 'ਚ ਨਾ ਪੁੱਛ ਲਓ ਉਹਨੂੰ ਮੈਂ ਦਵਾ ਦਾਂਗੇ ਕੋਈ ਨਾ ਉਹ ਕਹਿੰਦਾ ਸੀ ਮੈਨੂੰ ਕਹਿੰਦਾ ਵੇਚ ਦਾਂਗੇ ਨਾ ਨਾ ਕੋਈ ਗੱਲ ਨਹੀਂ ਮੈਂ ਤੈਨੂੰ ਦੱਸਤੀ ਠੀਕ ਹੈ ਕਰ ਲੈਂਦਾ ਗੱਲ ਮੈਂ ਠੀਕ ਹੈ ਨਾ ਨਾ ਕੋਈ ਨਾ ਚੰਗਾ ਪਰਾਂ ਉਰਾਂ ਨਹੀਂ ਖੜ ਕੇ ਸੁਣਿਆ ਜਾਂਦਾ ਫੋਨ
ਵਿਚਾਲੇ ਖੜਨੇ ਤੇ ਪਈ ਦੇ ਰਾਹ ਰੋਕੀ ਖੜੇ ਸਾਰਾ ਉਹ ਕੋਈ ਗੱਲ ਨਹੀਂ ਬਈ ਫੋਨ ਆ ਗਿਆ ਤੀ ਯਾਰ ਮੈਂ ਸਾਈਡ ਤੇ ਲਾ ਲਿਆ ਮੈਂ ਕੋਈ ਚੀਜ਼ ਨਾ ਆ ਜੇ ਲੈ ਕਰ ਲੈਣਾ ਪਰ ਕੀ ਗੱਲ ਆ ਯਾਰ ਘੰਟਾ ਹੋ ਗਿਆ ਉਰੇ ਫੋਨ ਸੁਣਦੇ ਨੂੰ ਕਮਾਲ ਹੀ ਹੋਈ ਪਈ ਆ ਜਮੀ ਕਮਾਲ ਫਰਾ ਫਰਾ ਕੇ ਸੁਣ ਲਿਆ ਕਰੋ ਪਤਾ ਤਾਂ ਲੱਗਦਾ ਵੀ ਯਾਰ ਕਿਉਂ ਗੱਲ ਪਈ ਇਹਨੇ ਯਾਰ ਫੇਰ ਕੀ ਹੋ ਗਿਆ ਕਾਹਨੂੰ ਹੋਇਆ ਕੁਛ ਔਖਾ ਸੌਖਾ ਜਾ ਕਿਵੇਂ ਬੋਲਦੇ ਨਾਲੇ ਵੱਧ ਘੱਟ ਬੋਲਣ ਦੀ ਲੋੜ ਨਹੀਂ ਮੈਂ ਤੈਨੂੰ ਦੱਸਦਾ ਉਹ ਬਾਈ ਯਾਰ ਮੈਂ ਤੈਨੂੰ ਕੀ ਵੱਧ ਘੱਟ ਬੋਲਿਆ ਯਾਰ ਮੈਨੂੰ ਫੋਨ ਆ ਗਿਆ ਤੇ ਮੈਂ ਸਾਈਡ ਤੇ ਲਾ ਲਿਆ ਯਾਰ ਦੱਸ ਕੀ ਹੋ ਗਿਆ ਫੋਨ ਕੱਟਣ ਸਾਰ ਯਾਰ ਮੈਂ ਗਾਹਾਂ ਕਰ ਲਿਆ ਲੈ ਹੱਦੂ ਉਹਦਾ ਕਰਨੀ ਪੈਣਾ ਤੇ ਫਿਰ ਨਹੀਂ ਕਰਾਉਣਾ ਮੈਨੂੰ ਵੀ ਆਉਂਦਾ ਕਰ ਲਿਆ ਕੇ ਤੈਂ ਐਂ ਕਰ ਲਿਆ ਅੱਖਾਂ ਜਾਂ ਕੱਢੀਆਂ ਤੇਰੇ ਕਣੀ ਫੇਰ ਕਰਿਆ ਤੂੰ ਐਂ ਕਰ ਲਿਆ ਤੈਂ ਤੈਨੂੰ ਲੋੜ ਕੀ ਤੀ ਇੱਥੇ ਵਿਚਾਲੇ ਖੜਨ ਦੀ ਇੱਧਰ ਮਰ ਜਾਂਦਾ ਤੂੰ ਉੱਧਰ ਮਰ ਜਾਂਦਾ ਕਿਸੇ ਪਾਸੇ ਹੋਰ ਖੜ ਜਾਂਦਾ ਉਹ ਚੱਲ ਆ ਨਹੀਂ ਹੈਗਾ ਜੀ ਕੋਈ ਨਾ ਯਾਰ ਜਦੋਂ ਮੈਂ ਕਹੀ ਜਾਂਦਾ ਬਈ ਗਲਤੀ ਹੋ ਗਈ ਯਾਰ ਤੂੰ ਸਿਰ ਚੜੀ ਜਾਂਦਾ ਯਾਰ ਹੱਦ ਹੋ ਗਈ ਹੋ ਗਈ ਗਲਤੀ ਯਾਰ ਇਹ ਕਾਹਦੀ ਗਲਤੀ ਹੈਗੀ ਜਾਣ ਬੁੱਝ ਕੇ ਕਰੀ ਹੋਈ ਜਾਣ ਬੁੱਝ ਕੇ ਇੰਨੀ ਪਹੀ ਪਈ ਆ ਤੂੰ ਐਂ ਦੀ ਡੱਪ ਐਂ ਕਿਵੇਂ ਲੰਘ ਜਾਂਦਾ ਇੱਧਰ ਦੀ ਆਕੜ ਜੇ ਨਾ ਤੂੰ ਮੇਰੇ ਨਾਲ ਮਾਰਕੀਟ ਸਿਰ ਖਲਿਆਰ ਦੂੰ ਮੈਂ ਸਾਲਾ ਨੰਬਰਦਾਰੀ ਦਾ ਵੱਡਾ ਉਹ ਬਣਿਆ ਫਿਰਦਾ ਗਾਲ ਜੀ ਨਾ ਕੱਢ ਬਈ ਯਾਰ ਜਦੋਂ ਮੈਂ ਤੈਨੂੰ ਕਹੀ ਜਾਂਦਾ ਕਰ ਲਿਆ ਲੈ ਹੱਦ ਕਰਦਾ ਫੇਰ ਕੀ ਕਰ ਲੇਗਾ ਤੂੰ ਮਾਰਿਆ ਨਾ ਗੱਤਲ ਚ ਗਸੀ ਪਾ ਦੂ ਮੈਂ ਤਾਂ ਵੱਡਾ ਹੋ ਬਣਿਆ ਫਿਰਦਾ ਜਦੋਂ ਕਹੀ ਇਹਨਾਂ ਵੀ ਕਰ ਲਿਆ ਹੁਣ ਕਰ ਲਿਆ ਨਾਲੇ ਹੋਰ ਹੈ ਕੀ ਜਾਗ ਦੇਗਾ ਆਵਾਂ ਫਿਰ ਗੱਲ ਪਈ ਜਾਂਦਾ ਲੈ ਬਿਨਾ ਗੱਲ ਗੱਲ ਪੈਣ ਵਾਲੀ ਗੱਲ ਕੀ ਹੈਗੀ ਮੈਂ ਤਾਂ ਆ ਖੜਾਗਾ ਘਰੇ ਜਾਣਾ ਸੀਗਾ ਵੱਡਾ ਹੋਣ ਉੱਡਦਾ ਕਿਉਂ ਹੈ ਤੂੰ ਕਿੱਥੋਂ ਕਿੱਥੋਂ ਦੇ ਆ ਜਾਂਦੇ ਨੇ ਚੱਲ ਕੇ ਇੱਥੇ ਖੜ ਕੇ ਬਾਹਲਾ ਫੋਨ ਸੁਣੀ ਦੇ ਵੀ ਗਾਹਾਂ ਪਰਾਂ ਮਰ ਜਾਓ ਬਥੇਰਾ ਥਾਂ ਪਿਆ ਬਥੇਰਾ ਥਾਂ ਨਹੀਂ ਪਿਆ ਪਤਾ ਨਹੀਂ ਕਿਹੜਾ ਤੀ ਸਾਲਾ ਮੈਥੋਂ ਛਤਰੌਲ ਕਰਾ ਲੈਣੀ ਤੀ ਰੱਬ ਦੀ ਉਹਨੇ ਕਿਉਂ ਕੀ ਹੋ ਗਿਆ ਵੇ ਹੋਣਾ ਕੀ ਸੀਗਾ ਆਪਣੀ ਪਹੀ ਦੇ ਮੂਹਰੇ ਖੜਾ ਨਾ ਮੋਹ ਨਾਲ ਫੋਨ ਸੁਣੀ ਜਾਵੇ ਮੈਂ ਉੱਥੇ ਵੜਨ ਕਣੀ ਹੋ ਝਾਕੀ ਜਾਵਾਂ ਇੱਧਰ ਨੂੰ ਫਿਰ ਤੂੰ ਸਾਨੂੰ ਸੱਦ ਲੈਂਦਾ ਦਿੰਦੇ ਉਹਨੂੰ ਪਤਾ ਕੰਜਰ ਨੂੰ ਰੋਕ ਕੇ ਖੜ ਗਿਆ ਮੌਜ ਨਾਲ ਭਾਈ ਬਥੇਰੀ ਬਣਾਈ ਮੈਂ ਬਹੁਤ ਗਾਲਾਂ ਕੱਢੀਆਂ ਸਾਲੇ ਨੂੰ ਉੱਡ ਗਿਆ ਗੱਲ ਕਰ ਖੜਿਆ ਨਹੀਂ ਭੱਜ ਗਿਆ ਕੀ ਹੋ ਗਿਆ ਹੋਣਾ ਕੀਤੀ ਪਤਾ ਨਹੀਂ ਕੌਣ ਤੀਗਾ ਪਹੀ ਦੇ ਵਿਚਾਲੇ ਖੜਾ ਫੋਨ ਸੁਣੀ ਜਾਵੇ ਹਾਂਜੀ 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 ਮੈਂ ਉੱਥੇ ਖੜਾ ਝਾਕੀ ਜਾਵਾਂ ਵੀ ਤੂੰ ਪਰਾਂ ਗਾਲ ਲੈ ਮੈਂ ਇੱਧਰ ਗਾਲ ਲੈ ਇਹਨੂੰ ਮਗਰ ਖੜਾ ਲੈਂਦਾ ਤੇ ਕੁਛ ਮੇਰਾ ਸਰਿਆ ਕਿਉਂ ਮੈਂ ਬਥੇਰੀਆਂ ਗਾਲਾਂ ਕੱਢੀਆਂ ਉੱਡ ਗਿਆ ਖੰਜਰ ਖੜਿਆ ਨਹੀਂ ਕੱਢੀਆਂ ਨੇ ਕੱਲੀਆਂ ਸੁੱਕੋ ਹੀ ਲੰਘਣ ਦਾ ਦਾਦਾ ਤਾਂ ਸਿਰਚ ਮਾਰਦਾ ਚੱਕ ਕੇ ਕੁਛ ਉੱਥੋਂ ਖੇਤ ਟੱਬਾ ਟੱਪਟਣਾ ਦਾ ਆਪਣਾ ਵਾੜ ਵਾਲਾ ਉਹ ਖੜਿਆ ਨਹੀਂ ਉੱਡ ਗਿਆ ਤੂੰ ਸਾਨੂੰ ਸੱਦ ਲੈਂਦਾ ਦਿੰਦੇ ਪਤਾ ਆਪਾਂ ਉਹਨੂੰ ਉੱਡ ਕੇ ਦਿਖਾਉਂਦਾ ਨਾਲੇ ਆਪਣੇ ਕੋਲੋਂ ਉਹ ਸਿਰ ਤਾਂ ਮੈਂ ਉਹਦਾ ਖਿਲਾਰ ਦਿੰਦਾ ਭੱਜ ਗਿਆ ਗੱਲ ਕਰ ਬੋਲਿਆ ਨਹੀਂ ਫਿਰ ਤਾਂ ਸਾਲਾ ਉੱਡ ਗਿਆ ਫਿਰ ਤਾਂ ਲੈ ਅੱਗੇ ਬੋਲਿਆ ਨਹੀਂ ਬੋਲਣ ਤੋਂ ਕੀ ਲੈਣਾ ਤੀ ਇੱਕ ਵਾਰ ਗਲਾ ਤਾਂ ਮਾਰਦਾ ਸਿਰ ਚ ਚੱਕ ਕੇ ਨਾਲੇ ਨੂੰ ਪਤਾ ਲੱਗ ਜਾਂਦਾ ਵੀ ਪਹੀ ਤੇ ਖੜ ਕੇ ਫੋਨ ਕਿਵੇਂ ਸੁਣੀ ਨਾ ਹੁੰਦਾ ਗੁੱਸਾ ਤਾਂ ਮੈਨੂੰ ਤੇਰੇ ਤੇ ਚੜ ਜਾਂਦਾ ਕੰਜਰਾ ਤੂੰ ਭੱਜਣ ਕਿਵੇਂ ਦਾ ਤਾਨੂੰ ਦੇ ਭੱਜ ਗਿਆ ਜਦੋਂ ਮੈਂ ਕੀ ਕਰਾਂ ਮੇਰੇ ਤੇ ਤੈਨੂੰ ਕਾਹਦਾ ਗੁੱਸਾ ਚੜੀ ਜਾਂਦੇ ਹੁੰਦੀ ਮੈਂ ਜੇ ਲੰਘਣ ਦੇ ਆਉਂਦੇ ਇਹਨੂੰ ਸੁੱਕਾ ਜੇ ਲੱਤਾਂ ਨਾ ਤੋੜਦੀ ਤੂੰ ਮੈਨੂੰ ਤਾਂ ਬਾਜ ਮਾਰ ਲੈਂਦਾ ਫੇਰ ਦੇਖਦਾ ਕੀ ਬਣਦਾ ਉਹਦਾ ਕਾਹਨੂੰ ਇਹ ਬਾਜ ਮਾਰਨ ਜੋਗਾ ਬੇਬੇ ਇਹ ਤਾਂ ਗੱਲਾਂ ਜੋਗਾ ਹੀ ਹੈ ਗੱਲਾਂ ਜੋਗੀ ਰਹਿ ਗਿਆ ਲੈ ਦੱਸ ਮੇਰੇ ਸਾਲੇ ਦੀ ਮੇਰੇ ਤੇ ਚੜੀ ਜਾਂਦੀ ਹੈ ਮੈਂ ਮੂੰਹ ਤੇ ਮਰੂੰ ਮਾਰੇਗਾ ਤੂੰ ਮੇਰੇ ਚਪੇੜ ਐਂ ਕਿਵੇਂ ਮਾਰ ਦੇਗਾ ਤੇ ਮਾਰ ਕੇ ਦਿਖਾ ਮੇਰੇ ਚਪੇੜ ਮੈਂ ਸੱਚੀ ਜੜ ਦੂੰ ਗਿਰ ਕੇ ਦਿਖਾ ਮੈਨੂੰ ਲੱਗਦਾ ਤੁਸੀਂ ਮੇਰੇ ਤੋਂ ਖਾਓਗੇ ਚਪੇੜਾ ਉਹੀ ਲੱਗੇ ਭੌਂਕਣ ਦੋਨੇ ਜਣੇ ਐਂ ਤੇ ਤੋਂ ਕਿਵੇਂ ਖਾਵਾਂਗੇ ਤੂੰ ਕਿਵੇਂ ਮਾਰ ਲੈਗੀ ਸਾਡੇ ਮਾਰ ਕੇ ਦਿਖਾ ਹਾਂ ਫਿਰ ਮਾਰ ਕੇ ਦਿਖਾ ਇੱਕ ਤਾਂ ਮੈਨੂੰ ਸਾਲਾ ਉਹ ਤੇ ਗੁੱਸਾ ਚੜੀ ਜਾਂਦਾ ਭੱਜ ਗਿਆ ਮੇਰੇ ਤੋਂ ਨਿਕਲ ਗਿਆ ਉਹ ਇੱਕ ਤੂੰ ਮੇਰਾ ਦਿਮਾਗ ਖਰਾਬ ਕਰੀ ਜਾਨੀ ਹੈ ਮੈਨੂੰ ਤੇਰੇ ਤੇ ਗੁੱਸਾ ਚੜੀ ਜਾਂਦਾ ਵੀ ਤੂੰ ਨਿਕਲ ਕਿਵੇਂ ਦੇਤਾ ਉਹ ਤੂੰ ਜੱਫਾ ਪਾ ਕੇ ਹਿੱਟ ਲੈਂਦਾ ਮੈਨੂੰ ਮਾਰ ਲੈਂਦਾ ਬੋਲ ਉਧਰੋਂ ਓਏ ਭੱਜ ਗਿਆ ਮੋਟਰਸਾਈਕਲ ਅੱਗ ਲਾ ਲਿਆ ਚਲਾ ਲਿਆ ਸਟਾਰਟ ਕਰ ਲਿਆ ਤੇ ਪਹਿਲੀ ਉੱਡ ਗਿਆ ਤਾਂ ਫਿਰ ਜੇ ਮੋਟਰਸਾਈਕਲ ਅੱਗ ਲਾ ਲਿਆ ਤੀ ਤੂੰ ਸਾਈਕਲ ਤੇ ਚਾਬੀ ਲਾ ਲਾਂਦਾ ਗਾਦਰੇ ਭਜਾ ਲਾਂਦਾ ਮਗਰ ਓਏ ਮਗਰ ਕਿੱਥੋਂ ਭਜਾ ਲੈਂਦਾ ਮੈਂ ਚੱਲ ਮੇਰੇ ਸਾਲੇ ਦੀ ਉਹੀ ਭੌਂਕੀ ਜਾਂਦੀ ਆ ਜਾ ਪਾਣੀ ਦਾ ਗਲਾਸ ਲਿਆ ਮੈਨੂੰ ਮੈਂ ਮੱਥੇ 'ਚ ਮਾਰੂ ਪਾਣੀ ਦਾ ਗਲਾਸ ਲਿਆ ਕੇ ਗਾਲਾਂ ਜੇ ਦਿੰਦਾ ਮੈਨੂੰ ਉਧਰੋਂ ਕਣੀਆਂ ਆਈ ਜਾਂਦੀਆਂ ਨੇ ਆ ਜਾ ਬੇਬੇ ਅੰਦਰ ਚਾਰ ਮੰਜਾ ਫੜ ਇਧਰੋਂ ਤੁਰ ਪੈਗਾ ਮਾੜਾ ਜਿਹਾ ਬੇਬੇ ਲਗਜੂੜ ਪਾਇਆ ਹੁੰਦਾ ਜਿਵੇਂ ਐਂ ਤੁਰਦੀ ਤੁਰੀ ਤਾਂ ਜਾਨੀ ਆ ਹੁਣ ਮੈਂ ਬੁੜੀ ਆ ਮੇਰੇ ਤੇ ਜ਼ੋਰ ਦਿਖਾਉਣ ਸਿੱਖਿਆ ਹੋਇਆ ਉਹਨੂੰ ਵੀ ਫੜ ਲੈਂਦਾ ਫੜ ਤਾਂ ਲੈਂਦਾ ਮੈਂ ਕੀ ਲੰਘਣ ਦਿੰਦਾ ਤੀ ਮਾਂ ਨਾਲ ਹੀ ਲੜਨ ਸਿੱਖਿਆ ਹੋਇਆ ਪਤਾ ਤਾਂ ਹੈਗਾ ਤੈਨੂੰ ਮੇਰਾ ਆ ਪਤਾ ਹੈ ਮੈਨੂੰ ਤੇਰਾ ਜਾਣਦੀ ਆ ਮੈਂ ਤੈਨੂੰ ਵੱਡੇ ਖੱਬੀ ਖਾਨ ਲੈ ਇੰਨਾ ਕੁਛ ਚੱਕ ਲੈ ਦੱਸੇ ਤੋਂ ਕੀ ਕਰਾਉਣਾ ਸੀ ਬਸ ਜਿਹੜੀ ਪੈਸੇ ਦੀ ਬਰਬਾਦੀ ਕਰਨੀ ਹੈ
हैं मुड़ भी आए की हो गया की हो गया तुसी मुड़े आए वो पूछना यार पता नहीं केड़ा सी मेरा दिमाग खराब करता कंजर देने ऐ कि मैं की हो गया पक्की दसा यार तैनू पता नहीं केड़ा सी साला मत्थे ते उड़ी आला मैं उन्हें फोन आके छड़क ते मैं साइड ते लाके सुन लग गया गाक दा किसी दा मैं चल मैं सुन लेना वो आया कहना साडे दा रंग लंघ ही कहना साडे दा बंद करता देता कहना पुट सीधा खासा बोल रहा ने गालां देगा कंजर दे दला हूं खाम खाई गल पई जावे मेरे ता फिर तेथों नहीं कड़ियां गईयां गालां ए किवें देतीयां गालां ने तेनू साइकिल लेके आया दीगा तू ता मेरा राह ही रोकी खड़ा है इन्ना थौं पिया तू दस तेरे कोले गड्डी है साइकिल दी टप जांदा उथों दी ले रोकता एदा राह बड़ा एमएलए ओ यार कोई घरों लड़ लुड़ के आया हुआ मच्चे मुंह वाला बथेरा मैं आख्या भी भाई यार कोई गल नहीं मैं परा हो जाना ना भी कहां तेरे ता इट्टी मारूं चक के मैनू कहंदा तो ताही ता बगे जावे कंजर दे ता गल्ली ना सुने किसी दी लैओ मैनू ता लगदा ओ कलेसियां दा होऊगा ओ पम्मी दसदी सी ओदा राह रोक लिया होऊगा तैं ओ नहीं हैगे कलेसी बाला कलेस कर रहे जस्से के ओ जस्सा होऊगा मैनू लगदा ओ हां 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 जस्सा ही कहंदा जी कहना मैं जस्सा खड़ा हां कर दूं फलाना कर दूं ओही ती फिर ओदा ओही ती कोई ना फिर खड़ जा मैं जाके आउनी हां उन्ना दे घरे पुछदी हां उन्ना नु वी ऐ किवें ओ करदा ओ छेड़दा तैनू कोई ना पता ही लग जू मैं जानी हां उन्ना दे कोई ना करता मैं पूछ लूं भी उन्ना दा केड़ा हटदी ता मैं है नहीं पूछे बिना हुण मेरे नाल पंगा पै गया उन्ना दा मैं ता पहली कहंदी सी उन्ना नु कोई टक्कर ही नहीं अज तक ओ रहण दे यार परां छड ऊई तू ता आप जदों आप ही इहो जिहा बुढ़िया पता नहीं कहे जियां होणगियां कहे जियां भी होणा ना ना रहण दे छड खड़ा यार जिहड़ा कुछ बोल गया ऐ किवें रहण दे ऐ किवें बोल गया मैं ता पछार पा दूं उन्ना दा बणे की फिरदे ने ओ आपदे आप नु ऐ डरा देणगे ऐ ओ कोई ना मैं हुणी जानी आ तू बैठ उरे 1 मिंट ओ रहण दे यार मन गगन आ जा ऐ किवें रहण दे उन्ना नु मैं बणाउनी आ बड्डे कलेसी ओए आ जा छड परे कहौंदे ने ओ कादा यार मैं भी पंगी ले लिया एवं दस बैठा इनू पता नहीं केड़ा दस्या ती सारी एक जे गेट ने केड़ा होया इन्ना नू पुछ दी ਸੋਨੂੰ ਪਤਾ ਵੀ ਜੱਸੇ ਕਲੇਸੀ ਦਾ ਘਰ ਕਿਹੜਾ ਆਂਟੀ ਆ ਘਰ ਹੈਗਾ ਅੱਛਾ ਪੱਕਾ ਇਹੀ ਹੈ ਹਾਂਜੀ ਆਂਟੀ ਆਹੀ ਹੈ ਕਿਹੜੀ ਹੈ ਇਹ ਕੌਣ ਹੈ ਇਹ ਬੂਥਾ ਜਾਂ ਚੱਕੀਆਂ ਆਉਂਦੀਆਂ ਸਿੱਧੀ ਉਰਾਂ ਮੇਰੀ ਗੱਲ ਸੁਣ ਲੈ ਮਾਤਾ ਤੁਹਾਡਾ ਬੰਦਾ ਕਿੱਥੇ ਗਿਆ ਜੱਸਾ ਜੱਸਾ ਕਿਉਂ ਕੀ ਹੋ ਗਿਆ ਕੌਣ ਹੈ ਤੂੰ ਔਖਾ ਜਿਹਾ ਬੋਲਦੀ ਹੈ ਔਖਾ ਬੋਲਣਾ ਨਾ ਮੇਰੇ ਘਰ ਵਾਲੇ ਨੂੰ ਗਾਲਾਂ ਕੱਢ ਕੇ ਆਏ ਨਾਲੇ ਕਹਿੰਦਾ ਤੂੰ ਸਾਡੀ ਪਹੀ ਤੇ ਮੋਟਰਸਾਈਕਲ ਖੜਾਈ ਕਿਉਂ ਖੜਾ ਅੱਛਾ ਉਹਦੇ ਘਰ ਵਾਲੀ ਹੈ ਤੂੰ ਹਜੇ ਉੱਤੋਂ ਸਾਨੂੰ ਲਾਂਬਾ ਦੇਣ ਆਈਆਂ ਹੈ ਨਾਲੇ ਚੋਰ ਨਾਲੇ ਚਿਤਰਾਈਆਂ ਹਜੇ ਸਾਨੂੰ ਡਰਾਉਣੀਆਂ ਹੈ ਡਰਾਮਾ ਨਾ ਤੁਹਾਡਾ ਮੇਰੇ ਵਰਗੀ ਨਾ ਹਜੇ ਬਾਹ ਹੀ ਨਹੀਂ ਪਿਆ ਨਾ ਹਜੇ ਤੂੰ ਸਾਡੇ ਤੇ ਰੋਬ ਮਾਰਨ ਆਈਆਂ ਹੈ ਰੋਬ ਮਾਰਾ ਨਾ ਕਿਤੇ ਭਲੇਖੇ ਚ ਫਿਰਦੀ ਹੋਵੇ ਸਾਨੂੰ ਤਾਂ ਇਹ ਵੀ ਅਸੀਂ ਕਲੇਸੀਆਂ ਹੈ ਨਾ ਤੂੰ ਸਾਨੂੰ ਡਰਾਉਣ ਆਈ ਐ ਤੂੰ ਆ ਗਈ ਵੱਡੀ ਕਲੇਸ਼ਣ ਹੈ ਕੀ ਹੋਣਾ ਤੇ ਜੱਸੇ ਉਹ ਜਿਹੜਾ ਆਪਣੀ ਪਹੀ ਚ ਖੜਿਆ ਦੀ ਰਾਹ ਰੋਕੀ ਉਹਦੇ ਘਰ ਵਾਲੀ ਇਹੋ ਜਿਹੇ ਆਪਣੇ ਤੇ ਰੋਹ ਮਾਰਦੀ ਇਹ ਘਰੇ ਆ ਕੇ ਅੱਛਾ ਇਹ ਆਪਣੇ ਤੇ ਰੋਹ ਮਾਰਨ ਆਈ ਐ ਹਾਂ ਡਰਾਉਣ ਆਈ ਐ ਫੜ ਕੇ ਤੇ ਗੁੱਜਾ ਨਹੀਂ ਜਾਂਦਾ ਗੋਡੇ ਥਰੇ ਨਾਲ ਫੜ ਕੇ ਇਹ ਬਾੜੀ ਨਾ ਪਰੇ ਕੋਈ ਬਾੜੀ ਜੰਬਲੀ ਐ ਲੈ ਫੜ ਲੈ ਫੜ ਲੈ ਇਹ ਭਲੇਖਾ ਤੂੰ ਕੱਢ ਦੇ ਆਪਦੇ ਦਿਮਾਗ ਚੋਂ ਐ ਕਿਵੇਂ ਫੜ ਲੇਗੀ ਤੂੰ ਮੈਨੂੰ ਗੁੱਤੋਂ ਜੇ ਤੈਨੂੰ ਕਲੇਸੀਆਂ ਦੀ ਨੂੰ ਕਹਿੰਦੇ ਨੇ ਮੈਨੂੰ ਵੀ ਗਗੜ ਕਪੱਤੀ ਕਹਿੰਦੇ ਨੇ ਅੱਛਾ ਤੂੰ ਪਹਿਲੀ ਜਨਾਨੀ ਹੈ ਜਿਹੜੀ ਮੇਰੇ ਮੂਹਰੇ ਇੰਨਾ ਬੋਲ ਪਈ ਤੂੰ ਫਿਰ ਮੇਰੇ ਬਾਰੇ ਚ ਨਹੀਂ ਜਾਣਦੀ ਖੜ ਜਾ ਫਿਰ ਤੈਨੂੰ ਮੈਂ ਦਿੰਨੀਆਂ ਨਹੀਂ ਪਤਾ ਬਾਰੀ ਬੋਲਦੀ ਆ ਕਿ ਹੋਰ ਹੀ ਜੱਬ ਖੜਾ ਕਰ ਲਿਆ ਯਾਰ ਮੈਂ ਵੀ ਦੱਸ ਕੇ ਘਰ ਮੈਂ ਨਹੀਂ ਜਾਣਦਾ ਦੇਖਦਾ ਤਾਂ ਰੌਲੀ ਸੁਣ ਜੂ ਖੜ ਉਹੀ ਪਤਾ ਲੱਗ ਜੂ ਨਾ ਇਹਦਾ ਦੇਖਦਾ ਕਿੱਥੇ ਜਾਏਗੀ ਤੂੰ ਮੈਨੂੰ ਕੁੜੀ ਛੱਡ ਦੇ ਮਹਾ ਤੋੜ ਕੇ ਛੱਡੂ ਨਾ ਬੇ ਤੋੜ ਕੇ ਛੱਡੂ ਤੈਨੂੰ ਮੈਂ ਪੁੱਛਾਂ ਕਿ ਮੈਂ ਰੋਡ ਪਾ ਤੂੰ ਪਾ ਦੇ ਫੜਾਕਾ ਫੜਾਕਾ ਪਾ ਦੇ ਫੜਾਕਾ ਪਾ ਦੇ ਫੜਾਕਾ ਪਾ ਦੇ मरोड़ दे मार के छड़ दो आ गया छड़ दो भाई मैं कुछ ओ भाई मैं तो कुछ कही नहीं हैगा सोनू ओ मैं कही नहीं कुछ ले तूरे की लेना इतनी तन आंखे दी ओ भाई मेरी तो सुन ले ओ भाई मैं तो कुछ कही नहीं थी गाला तो तू दित्तियां ने यार ओ भाई
ਮੇਰੀ ਮੇਰੀ ਤਾਂ ਓ ਇੱਧਰ ਆ ਜਾ ਇੱਧਰ ਕੀ ਹੈ ਇੱਧਰ ਮਰਵਾ ਮੇ ਕੀ ਹੈ ਓ ਤਲਵਾਰ ਤੀ ਬਾਹ ਓਏ ਓ ਆ ਜਾ ਓਏ ਮਰਵਾ ਤਾ ਮੇਰੇ ਵੀ ਪਵਾਤੀਆਂ ਗੁੱਟ ਤੋੜਤਾ ਮੇਰਾ ਵੀ ਬਾਈ ਜ਼ੋਰ ਦੀ ਮਾਰੇ ਮੈਂ ਤੈਨੂੰ ਆਖਿਆ ਨਹੀਂ ਜਾਈ ਨਾ ਤੂੰ ਕਹਿੰਦੀ ਮੈਂ ਜਾਊਂਗੇ ਮਾਗਰੀ ਆਉਂਦਾ ਨਾ ਹਲੇ ਮਾਗਰੀ ਬਥੇਰੇ ਝਾੜੂ ਮਾਰੇ ਨੇ ਸੋਤੋ ਨੀ ਗੁਸਰਿਆ ਹੈਗਾ ਬੈਂਪਰ ਅੱਡਾ ਚੱਕ ਲਿਆ ਮੈਂ ਦੋ ਤਿੰਨ ਤਾਂ ਮਾਰੇ ਉਹਦੇ ਜਾਂਦੇ ਜਾਂਦੇ ਦੇ ਮੈਂ ਤੇਰੇ ਝਾੜੂ ਮਾਰੂੰ ਟਿਕਾ ਕੇ ਮਾਰ ਕੇ ਦੇਖ ਦੇ ਮੈਂ ਤੈਨੂੰ ਤੇਲ ਕੋਈ ਨਾ ਭਾਲ ਲਾਂਗੇ ਘਰ ਨੀ ਬੜੇ ਬਿਨਾ ਹਟਦਾ ਪਾਣੀ ਦੀ ਘੁੱਟ ਪੀ ਹੋਏ ਫਿਰ ਬੰਦ ਕਰਨ ਦਾ ਮੈਂ ਤੈਨੂੰ ਪਹਿਲੀ ਕਿੰਨਾ ਕਿਹਾ ਸੀ ਭੈਣੇ ਕੱਲ ਮੈਂ ਤੈਨੂੰ ਕਹਿ ਕੇ ਨੀ ਗਈ ਵੀ ਉਹ ਬਹੁਤ ਭੈੜੇ ਨੇ ਤੂੰ ਕਿਧਰੋਂ ਪੰਗਾ ਲੈ ਲਿਆ ਉਹਨਾਂ ਨਾਲ ਜਾ ਕੇ ਕਿੰਨਾ ਤਾਂ ਮੈਂ ਤੈਨੂੰ ਸਮਝਾ ਕੇ ਗਈ ਆ ਤੂੰ ਮੰਨੀ ਨੀ ਮੇਰੀ ਗੱਲ ਮੈਂ ਬਥੇਰਾ ਆਖਿਆ ਭਾਬੀ ਨੂੰ ਰੁਕ ਜਾ ਨਾ ਇਹਨੇ ਤਾਂ ਮੰਨੀ ਨੀ ਹੈਗੀ ਨਾਲੇ ਤਾਂ ਆਪ ਛਿੱਤਰ ਖਾਧੇ ਨਾਲੇ ਮੇਰੇ ਪਵਾਏ ਅਸੀਂ ਤਾਂ ਮਸਾਂ ਨਿਕਲ ਕੇ ਆਏ ਆ ਉੱਥੋਂ ਨਾ ਤੈਨੂੰ ਕਿਹਨੇ ਕਿਹਾ ਸੀ ਮੇਰੇ ਮਾਂਗਰ ਆਉਣ ਨੂੰ ਉੱਥੇ ਪ੍ਰਸ਼ਾਦ ਵੰਡਦੇ ਸੀ ਜਿਹੜਾ ਤੂੰ ਮੇਰੇ ਮਾਂਗਰ ਗਿਆ ਵੰਡਦੇ ਤੀ ਪ੍ਰਸ਼ਾਦ ਨਾ ਮੈਨੂੰ ਤੇਰਾ ਫਿਕਰ ਤੀ ਮੈਨੂੰ ਪਤਾ ਸੀ ਕੋਈ ਪੰਗਾ ਖੜਾ ਕਰੇਗੀ ਉਹੀ ਗੱਲ ਹੋ ਗਈ ਆਖੇ ਕਿਸੇ ਚੱਜ ਦੇ ਨਾਲ ਹੱਥ ਨਹੀਂ ਜੋੜਿਓ ਉਹਨਾਂ ਦੇ ਨਿਕਲ ਗਿਆ ਬਹਿਮ ਹੁਣ ਤਾਂ ਤੇਰਾ ਸਾਰਾ ਮੈਨੂੰ ਕੀ ਪਤਾ ਸੀ ਵੀ ਉਹ ਸਾਰੇ ਭੂਤਾਂ ਵਰਗੇ ਨੇ ਵੀ ਐਡੇ ਭੇੜੇ ਨੇ ਮੈਂ ਤਾਂ ਆਪਦੇ ਆਪ ਨੂੰ ਭੇੜੀ ਸਮਝਦੀ ਸੀ ਮੈਨੂੰ ਤਾਂ ਕੱਲ ਗਾਗਨ ਤੇਰੀਆਂ ਗੱਲਾਂ ਤੋਂ ਹਾਸਾ ਆਈ ਜਾਂਦਾ ਸੀਗਾ ਮੈਂ ਤੈਨੂੰ ਬਥੇਰਾ ਕਿਹਾ ਵੀ ਉਹ ਬਾਲੇ ਭੇੜੇ ਨੇਗੇ ਐਵੇਂ ਤਾਂ ਨਹੀਂ ਉਹਨਾਂ ਨੂੰ ਸਾਰਾ ਪਿੰਡ ਕਲੇਸੀਆਂ ਦਾ ਟੱਬਰ ਕਹਿੰਦਾ ਬਾਕੀ ਤੈਨੂੰ ਉਹਨਾਂ ਦੀ ਨੂੰਹ ਵਾਲੀ ਕਹਾਣੀ ਵੀ ਮੈਂ ਸੁਣਾਈ ਸੀ ਵੀ ਅਗਲੇ ਨੇ ਅਖਬਾਰ 'ਚ ਕਢਾਇਆ ਸੀ ਵੀ ਸਾਨੂੰ ਭਾਈ ਕਲੇਸਣ ਨੂੰ ਚਾਹੀਦੀ ਆ ਸਾਥੋਂ ਵੀ ਵੱਧ ਅੱਛਾ ਲੈ ਦੱਸ ਐਵੇਂ ਮੇਰੇ ਸਾਈ ਜੀ ਨੇ ਖਾਮ ਖਾ ਛਿੱਤਰ ਖਾਧੇ ਨਾਲੇ ਮੈਂ ਰੋਕੀ ਆ ਨਾ ਚੰਗਾ ਭਲਾ ਗਲਤੀ ਤਾਂ ਮੇਰੀ ਆ ਭਾਬੀ ਜਿਹੜਾ ਮੈਨੂੰ ਦੱਸ ਬੈਠਾ ਮੈਂ ਹੀ ਦੱਸ ਬੈਠਾ ਇਹਨੂੰ ਮੈਂ ਕਿਤੇ ਉਹਨਾਂ ਦੀ ਪਹੀ ਤੇ ਫੋਨ ਸੁਣਨ ਲੱਗ ਗਿਆ ਮੈਨੂੰ ਤਾਂ ਪਤੀ ਨਹੀਂ ਸੀ ਵੀ ਇਹ ਕਲੇਸੀਆਂ ਦੀ ਪਹੀ ਹੈ ਉਹ ਤਾਂ ਬਾਈ ਬਹੁਤ ਭੈੜੇ ਨੇ ਹੁਣ ਉਹ ਤੁਹਾਡੇ ਘਰੇ ਵੀ ਆਉਣਗੇ ਤਾਂ ਬਾਲਾ ਵੱਡਾ ਪੰਗਾ ਖੜਾ ਹੋ ਗਿਆ ਜੇ ਉਹਨਾਂ ਨੂੰ ਘਰ ਪਤਾ ਲੱਗ ਗਿਆ ਉਹ ਘਰੇ ਆਉਣਗੇ ਲੜਨ ਬਾਲੇ ਭੈੜੇ ਨੇ ਅੱਛਾ ਫਿਰ ਹੁਣ ਕਿਵੇਂ ਕਰੀਏ ਤੁਹਾਡੀ ਭੈਣ ਨੂੰ ਤਾਂ ਕੰਮ ਹੀ ਖਰਾਬ ਹੋ ਗਿਆ ਮੇਰੀ ਗੱਲ ਸੁਣੋ ਮੈਂ ਤਾਂ ਐਂ ਕਹਿੰਦੀ ਆਪਾਂ ਥਾਣੇ ਦਰਖਾਸਤ ਦੇ ਦਿੰਦੇ ਹਾਂ ਕਿਤੇ ਉਰੇ ਨਾ ਜਾਣ ਆਪਣੇ ਘਰੇ ਸਹੀ ਗੱਲ ਹੈ ਯਾਰ ਮੈਂ ਤਾਂ ਆਪ ਕਹਿੰਦਾ ਥਾਣੇ ਜਾਣਾ ਪਊ ਆਪਾਂ ਨੂੰ ਮੈਂ ਤਾਂ ਬਾਈ ਤੁਹਾਨੂੰ ਐਂ ਕਹਿੰਦੀ ਹਾਂ ਤੁਸੀਂ ਪਿੰਡ ਦੇ ਸਰਪੰਚ ਕੋਲੇ ਜਾਓ ਉਹ ਤੁਹਾਡਾ ਕਹਿ ਸੁਣ ਕੇ ਰਾਜ਼ੀਨਾਮਾ ਕਰਾ ਦੂਗਾ ਮਾਫੀ ਮੂਫੀ ਮੰਗ ਕੇ ਖਹਿੜਾ ਛਡਾ ਲਓ ਇਸੇ ਗੱਲ 'ਚ ਫਾਇਦਾ ਤੁਹਾਡਾ ਲੈ ਭੈਣੇ ਇੱਕ ਤਾਂ ਸਾਨੂੰ ਦੋਨੇ ਜੀਆਂ ਨੂੰ ਕੁੱਟਿਆ ਉਹਨਾਂ ਨੇ ਉੱਤੋਂ ਅਸੀਂ ਮਾਫੀ ਮੰਗੀਏ ਹੈ ਇਹ ਕਿਹੜੀ ਕਿਤਾਬ 'ਚ ਲਿਖਿਆ ਅਸੀਂ ਤਾਂ ਥਾਣੇ ਦਰਖਾਸਤ ਦੇਵਾਂਗੇ ਭੈਣੇ ਕੋਈ ਨਾ ਦੇਖੀ ਫਿਰ ਜਦੋਂ ਪੁਲਿਸ ਵਾਲਿਆਂ ਨੇ ਕੁੱਟਿਆ ਇਹਨਾਂ ਨੂੰ ਡੰਡਿਆਂ ਨਾਲ ਫਿਰ ਇਹਨਾਂ ਨੂੰ ਪਤਾ ਲੱਗੂ ਆਮ ਲੋਕਾਂ ਨਾਲ ਹੀ ਬੋਲਣ ਜਾਣਦੇ ਨੇ ਜਦੋਂ ਪੁਲਿਸ ਦੀ ਪਈ ਨਾ ਕੁੱਟ ਫਿਰ ਪਤਾ ਲੱਗੂ ਚੁਸਕਣੇ ਨਹੀਂ ਇਹ ਪੁਲਿਸ ਦੇ ਸਾਹਮਣੇ ਦੇਖ ਲੈ ਭੈਣੇ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਤਾਂ ਐਂ ਕਹਿੰਦੀ ਸੀ ਤੁਸੀਂ ਸਰਪੰਚ ਵਾਲਾ ਹੀ ਦੇਖ ਲਓ ਉਹੀ ਲੋਟ ਰਹੂ ਮੈਨੂੰ ਤਾਂ ਲੱਗਦਾ ਨਾ ਨਾ ਭੈਣੇ ਇੱਕ ਵਾਰ ਤਾਂ ਅਸੀਂ ਇਹਨਾਂ ਨੂੰ ਥਾਣੇ ਪਹੁੰਚਾਵਾਂਗੇ ਕਟਾਵਾਂਗੇ ਇੱਕ ਵਾਰੀ ਤਾਂ ਇਹਨਾਂ ਨੂੰ ਪਤਾ ਲੱਗ ਜੂ ਹਾਂ ਹਾਂ ਸਹੀ ਗੱਲ ਹੈ ਉਹ ਤਾਂ ਲੱਗ ਜੂ ਆਪਣਾ 5-4 ਹਜ਼ਾਰ ਰੁਪਇਆ ਹੋਰ ਕਿੱਡੀ ਕੁ ਗੱਲ ਹੈ ਕਿਹਨਾਂ ਇਹਨਾਂ ਨੂੰ ਸਭ ਕੁਛ ਸਿਖਾਵਾਂਗੇ ਅਸੀਂ ਚੁਕਾਵਾਂਗੇ ਇਹਨਾਂ ਨੂੰ ਹਾਂ ਹਾਂ ਫਿਰ ਤੁਸੀਂ ਐਂ ਕਰੋ ਕੋਈ ਚੌਂਕੀ 'ਚ ਪੁਲਿਸ ਵਾਲਾ ਦੇਖੋ ਲਿਖਾਈਏ ਫਿਰ ਆਪਾਂ ਉਹਨੂੰ ਦਰਖਾਸਤ ਇਹਨਾਂ ਨੂੰ ਲੱਗੇ ਪਤਾ ਬੰਦਾ ਤਾਂ ਇੱਕ ਹੈਗਾ ਯਾਰ ਜਿਹੜਾ ਮੇਰੇ ਨਾਲ ਕੰਮ ਕਰਦਾ ਪ੍ਰੋਪਰਟੀ ਡੀਲਰ ਦਾ ਬਿੱਟੂ ਉਹਦਾ ਰਿਸ਼ਤੇਦਾਰ ਹੈ ਇੱਥੇ ਚੌਂਕੀ 'ਚ ਲੱਗਿਆ ਮੈਂ ਬਿੱਟੂ ਨਾਲ ਕਰਦਾ ਗੱਲ ਹਾਂ ਹਾਂ ਕਰੋ ਗੱਲ ਫਿਰ ਉਹਦੇ ਨਾਲ ਉਸੇ ਨਾਲ ਹੀ ਕਰਦਾ ਗੱਲ ਮੈਂ ਬਿੱਟੂ ਨੇ ਸਿਫਾਰਸ਼ ਪਾਤੀ ਸੀ ਮੈਨੂੰ ਕੋਈ ਗੱਲ ਨਹੀਂ ਆਪਾਂ ਰਿਪੋਰਟ ਬਾਅਦ 'ਚ ਲਿਖਾਂਗੇ ਪਹਿਲਾਂ ਬੰਦੇ ਚੱਕ ਕੇ ਲਿਆਵਾਂ ਮੈਂ ਬੰਦੇ ਦੱਸੋ ਮੈਨੂੰ ਕੌਣ ਨੇ ਉਹ ਬਾਈ ਜੀ ਆਹ ਪਿੰਡ 'ਚ ਕੋਈ ਕਲੇਸੀ ਕਲੂਸੀ ਵੱਜਦੇ ਨੇ ਬਾਲੀ ਭੈੜੀ ਕਰੀ ਉਹਨਾਂ ਨੇ ਤਾਂ ਸਾਡੇ ਨਾਲ ਸਾਨੂੰ ਦੋਵਾਂ ਨੂੰ ਕੁੱਟਿਆ ਇਹ ਤਾਂ ਲਾਂਬਾ ਦੇਣ ਗਈ ਸੀ ਮੈਨੂੰ ਨਜਾਇਜ਼ ਗਾਲਾਂ ਕੱਢੀਆਂ ਉਹਨਾਂ ਦੇ ਮੁੰਡੇ ਨੇ ਇਹ ਕਲੇਸੀ ਯਾਰ ਮੈਂ ਪਹਿਲਾਂ ਵੀ ਸੁਣੇ ਨੇ ਕਹਿੰਦੇ ਨਜਾਇਜ਼ ਹੀ ਪਾਏ ਜਾਂਦੇ ਨੇ ਬੰਦਿਆਂ ਨੂੰ ਕੋਈ ਗੱਲ ਨਹੀਂ ਕਦੇ ਪੁਲਿਸ ਦੇ ਡੀਕੇ ਨਹੀਂ ਨਾ ਆਏ ਹੈਗੇ ਫਿਰ ਅਸਲ 'ਚ ਇਹਨਾਂ ਖਿਲਾਫ਼ ਕੋਈ ਪੁਲਿਸ 'ਚ ਰਿਪੋਰਟ ਲਿਖਾਉਣ ਨੂੰ ਤਿਆਰ ਹੀ ਨਹੀਂ ਸੀ ਡਰਦਾ ਹੁਣ ਕੋਈ ਗੱਲ ਨਹੀਂ ਤੁਸੀਂ ਤਿਆਰ ਹੋਏ ਹੋ ਮੈਂ ਦੇਖੀ ਕੋਟ ਲਿਆਉਣ ਥਾਣੇ ਇਹਨਾਂ ਨੂੰ
बस बाई जी ऐ करना इन्हां नूं कुट कुट के लेके जाओ थाने, इन्हां ने साडी बहुत बेइज्जती करी है। मां तुसीं परवाह ही ना करो, नाले असीं तां इह पिंड च नवें नवें आए आ हजे, सानूं तां बाई जी 8-9 महीने होए ने उरे आए नूं, सानूं तां पता ही नहीं सी वी एड्डे भेड़े ने। मां तुसीं देखी जायो इन्हां नाल बनदी की है, मैनूं वी औलदार बिंदर सिंह कहिंदे ने, तू परवाह ही ना कर भैणे, इह बंदे तां ऐ कहिणगे वी असीं पिंड छड्ड के जांदे आ जिन्ना चिर बिंदर सिंह औलदार उरे चौंकी च है, जे इह गल ना कहण तां मेरा नाम बदल दे तुसीं। कोई गल नहीं भाई जी, ऐ तो सानू थोड़े ते मान है, बाकी बेफिक्र हो जाओ तुसी, कोई गल नहीं, जिहड़ी भी थोड़ी सेवा पानी बनूगा असीं भजदे नहीं सुतो। बस ठीक है, कोई गल नहीं, सेवा पानी लैना उन्ना मैं देख ठोक के कम चल दी पूरी तसली करा देना, देख मेरे बारे भावें पता कर ली थाने चो भी हौलदार रविंद्र सिंह कहे जाए, फिर मैं देखता नहीं हुंदा भी डांग कित्थे वजदी हैगी, थोड़े सामने खड़ा के डांग फेरू उन्ना दे, बस फीस मैनूं पूरी चाहीदी है। कोई गल नहीं भाई जी, फीस दी तुसी परवाह ही ना करो, दस ही दिंदे जी, फिर किन्नी की फीस आ? फीस मेरी गल सुन, फीस लो मैं पूरी 10,000 रुपये, कम है तसली बख्श करूँ, थोड़े सामने डांग फिरूँ उन्होंने, तसली करा दूँ, सोनू दुखने नहीं 10,000 रुपया तो। बस ठीक है जी, कोई गल नहीं, पैसे की परवाह ना करो, लिया फिर पैसे पाइए जेब च, ऐ ना जो दो पैसे जेब च आ जाने फिर कम करने का सुभाव आ जाता। ना लिया देना उठी पैसे। हाँ बस बाई जी, कम अही जा करो, चीका कढ़ा दो उन्हां दी, जेड़े ऐ कहन सानू छड़ा दो छड़ा दो। मैं तू भैणे बेफिक्र हो जा, बहुत भैड़ी करी है उन्होंने साडे नाल, मैं तू देखी उन्हें चीका पैंदियां, कोई गल नहीं, जेड़े दी रेल बना दे उन्हां दी। मैं भैणे तू बेफिक्र हो जा, देख ठीक है कम थोड़ा, तसली बख्श हो पूरा, बस केरा मैनू उन्हां दा घर दिखा दो तुसी। ठीक है बाई जी, दिखाउने घर। हाँ मैनू केरा घर दस्सिया तुसी, ब्याह घर है, बाकी मैं जाणा मेरा कम जाणा। ठीक है बाई जी। कपड़े लट करने मार ली, फड़ नहीं सकती, फड़ती होर भी कम करने दी देख के में है, मैं किने बोल दिया आ हौलदार जा किधर आंदा मुंह चक्की है, ये किधर आंदा पुलसला बेबे, थोड़े तैया दरखास्त है, तुसी कुट मार करी है ओना दी, ओ बाहर खड़े ने, सीधे होके मेरे नाल थाने चलो, चलो तू भी आ जा थाने चलो। कौन है तू? दादा थोनू मैं थाने जाके कौन है? तो ना तू सपाटा साडे करे आके साडे ते रोब मार दे, खड़ जा तेरे 1 मिनट मैं बनाऊंगी बंदे दा पुत। फड़ो नहीं फड़ो इनू, अपने घरे आके अपने दे रो, तुम हाथ ना लाओ, तुसी मत सांगा थोनू, मैं हां मैं थोनू दसदा, तुसी ओ दाओ दा ओए ओए ओ माता ओए ओए ओ ओ तेरे मैनू ओ तुसी नाम तुसी कानून दा सुन लो, अड्डे ते रो मारदा दी, हुण बोल हुण बोल हुण बोल, तू कागले ता काम नहीं पुट्ठा हो गया, तो हौलदार नु दे पे, हाय हाय तो बहुत बुरा हाल हो गया, भज ले अपन निकली छेती, भज ले छेती स्टार्ट कर, भज ले कल वाला काम ना हो जाए। ए ओ माता ओए ओ माता ओए ओ माता ओए, निकल नहीं देना, बदलो 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 मरवाते, हो जाता हो जाता, हाँ ये एक घंटा बजे फिर ता मुड़ मुड़ के एदू मुड़ के तो नहीं किसने घरे वड़ जूगा हुण, मैं तुहानू पहले ही कहा सी भी तुसी रहण दो पंगे लैण नू, तुसी सरपंच नाल गल कर लो, करनियां तां तुसी आपदियां मर्जियां हुंदियां ने गगन, फिर नाले तुसी मैनू साधदे फिरदे रहने हो। ना ना भैणे हुण नहीं असीं आपदियां मर्जियां करदे, सानू इक वारी सरपंच कोले लै जा, असीं सरपंच दे हाड़े कढ़ांगे वी साडू हथ बना के उहनां नाल साडा खैड़ा छड़ा दे, सिर्फ इक वारी छड़ा दे, फिर नहीं असीं इही जिहा पंगा लैंदे भैणे। चल ठीक है कर लैणे फिर आपां सरपंच नाल गल। बस ठीक है भैणे, ओ मर जाना हौलदार, इन्नियां फुकरियां मारदा सी, मैं ऐ कर दूं, मैं बाह कर दूं, थोड़े सामने डांग फेरूं, आ देख ले, सानू तां ऐ सी भी ओ उन्हां दे छित्तर लाऊ, छित्तर खा के ओ तुरे आया उन्हां दे घरों। ओ भैणे किसे दी लिहाज नहीं रखदे, ओ नहीं किसे नूं बख्शदे, 10,000 रुपया ओ लै गया मर जाना, उहनूं तुसीं कहो भी मोड़ करिआ की ऐ, तूं नजायज़ी लै गया। लै कोई ना मैं करदा बिट्टू नूं फोन, करदा उहदे नाल गल,
ਭਾਬੀ ਤੂੰ ਕਹਿ ਸੁਣ ਕੇ ਸਾਡਾ ਨਵੜਿਆ ਦੇ ਕਹਿ ਦੇ ਸਰਪੰਚ ਨੂੰ ਹੈ ਕੋਈ ਗੱਲ ਨਹੀਂ ਬਾਈ ਸਰਪੰਚ ਦੇ ਘਰ ਵਾਲੀ ਨਾਲ ਮੇਰੀ ਵਾਵਾ ਬਣਦੀ ਆ ਮੈਂ ਕਰਦੀ ਆ ਹੁਣੀ ਫੋਨ ਤੇ ਗੱਲ ਉਹਦੇ ਨਾਲ ਹਾਂ ਘਰ ਭਾਬੀ ਬਣ ਕੇ ਮੈਂ ਬਸ ਠੀਕ ਹੈ ਕਰ ਲੈ ਗੱਲ ਮੈਂ ਵੀ ਕਰਦਾ ਫੋਨ ਉਹਨੂੰ ਮੈਂ ਕਹਿਣਾ ਵੀ ਬਾਈ ਸਾਡੇ ਪੈਸੇ ਮੜਾ ਬਾਈ ਯਾਰ ਤੇਰੇ ਸਾਹਮਣੇ ਆ ਜਦੋਂ ਸਾਡਾ ਕੰਮ ਹੀ ਨਹੀਂ ਹੋਇਆ ਮੈਂ ਤਾਂ ਆਪ ਇੱਕ ਦੋ ਕਿਸ਼ਤਾਂ ਹੀ ਭਰਨੀਆਂ ਸੀ ਪੈਸੇ ਮੋੜ ਦਿੰਦਾ ਸਾਡੇ ਕਿਹੜੇ ਪੈਸੇ ਉਹੀ ਜਿਹੜੇ ਲੈ ਕੇ ਆਏਗਾ 10,000 ਲੈ ਕਮਾਲ ਕਰੀ ਜਾਣਾ ਯਾਰ ਹੁਣ ਮੈਂ ਤੈਨੂੰ ਕਾਹਦੇ ਮੋੜਾਂ ਲੈ ਜਦੋਂ ਬਾਈ ਯਾਰ ਸਾਡਾ ਕੰਮ ਹੀ ਨਹੀਂ ਹੋਇਆ ਤੂੰ ਛਿੱਤਰ ਤਾਂ ਲਾਏ ਨਹੀਂ ਉਹਨਾਂ ਨੂੰ ਥਾਣੇ ਲਿਜਾ ਕੇ ਜੇ ਮੈਂ ਉਹਨਾਂ ਦੇ ਛਿੱਤਰ ਨਹੀਂ ਮਾਰੇ ਤਾਂ ਉਹਨਾਂ ਨੇ ਤਾਂ ਮੇਰੇ ਮਾਰ ਲਏ 15 ਛੋਟੇ ਕੰਮ ਤਾਂ ਮੇਰੇ ਛਿੱਤਰ ਪੈ ਗਏ ਤੂੰ ਕਹਾਂ 10,000 ਰੁਪਇਆ ਮੰਗਦਾ ਕਿਤੇ ਸੋਨੂੰ ਨਾਲ ਥਾਣੇ ਲੈ ਕੇ ਜਾਣਾ ਪਏ ਮੈਨੂੰ ਚੱਕ ਕੇ ਚੱਲ ਕੋਈ ਗੱਲ ਨਹੀਂ ਭਰਾਵਾ ਨਾ ਦੇ ਯਾਰ ਤੂੰ ਸਾਨੂੰ ਚੱਕੇਗਾ ਤੂੰ ਉਹ ਤਾਂ ਇੱਥੋਂ ਚੱਕੇ ਨਹੀਂ ਗਏ ਜ਼ਿਆਦਾ ਬੋਲ ਦੇ ਨਾ ਤੂੰ ਪਤਾ ਨਹੀਂ ਤੈਨੂੰ ਮੇਰੇ ਸੁਭਾਅ ਦਾ ਨਾ ਨਾ ਲੱਗ ਗਿਆ ਤੇਰੇ ਸੁਭਾਅ ਦਾ ਪਤਾ ਲੱਗ ਹੀ ਗਿਆ ਤੇਰੇ ਸੁਭਾਅ ਦਾ ਪੱਟਾ ਉਹ ਬਣਿਆ ਫਿਰ ਦੱਸ ਦੀਏ ਜੱਬਲ ਜਾਣਾ ਹੋਵੇ ਤੇ ਤਾਨੀ ਕਿੱਧਰੋਂ ਆ ਜਾਂਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਤਾਪ ਨਮਸਕਾਰ ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ ਹਰਜਿੰਦਰ ਕੌਰ ਜਸਪ੍ਰੀਤ ਢਿੱਲੋ ਧਨੌਲਾ ਵਿਜੇ ਕਪੂਰਥਲਾ ਸੁਖਵਿੰਦਰ ਕੌਰ ਅਤੇ ਕਿਰਨ ਬਾਲਕੋ ਬਾਜਾ ਖਾਨਾ ਹਰਦੇਵ ਸਿੰਘ ਦੋਦਾ ਸਾਧੂ ਸਿੰਘ ਮੰਡੀ ਗੋਬਿੰਦਗੜ੍ਹ ਸ਼ਰਨਜੀਤ ਕੌਰ ਖੁਸ਼ਪ੍ਰੀਤ ਕੌਰ ਮੰਡੀ ਕਲਾਂ ਬਲਜਿੰਦਰ ਸਿੰਘ ਖੰਨਾ ਮਨਜੀਤ ਕੌਰ ਫੂਲੂਵਾਲਾ ਰੋਡ ਮੋਨਾ ਪਠਾਨਕੋਟ ਦਲਜੀਤ ਕੌਰ USA ਹਰਜੋਤ ਸਿੰਘ ਅਕਾਲਗੜ੍ਹ ਸੁਨਾਮ ਰਾਜਵਿੰਦਰ ਸਿੰਘ ਪਿੰਡ ਲਹਿਲ ਕੁਲਵੀਰ ਸਿੰਘ ਸੰਧੂ ਪ੍ਰਵੀਨ ਕੋਟਕਪੂਰਾ ਜਸਵੀਰ ਸਿੰਘ ਢਿੱਲੋ ਅਰਮਾਨਦੀਪ ਸਿੰਘ ਰੋਪੜ ਗੁਰਮੇਲ ਸਿੰਘ ਦਿਓਲ ਛਾਪਾ ਸੋਨੂੰ ਸ਼ੇਰੋਂ ਤਰਨ ਤਾਰਨ ਸਿੰਘਾਪੁਰ ਕਸ਼ਮੀਰ ਕੌਰ ਗੋਬਿੰਦਵਾਲ ਸਾਹਿਬ ਇੰਦਰਜੀਤ ਕੌਰ ਸਿਦਕ ਕੌਰ ਗਿੱਲ ਮੋਗਾ ਰਘਵੀਰ ਨਾਗਪਾਲ ਹਰਗੁਣ ਬਠਿੰਡਾ ਸ਼ੁਕਰੀਆ ਜੀ ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਵੀਡੀਓ ਵਧੀਆ ਤੋਂ ਵਧੀਆ ਆਉਂਦੀਆਂ ਰਹਿਣਗੀਆਂ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਨਾ ਭੁੱਲਿਆ ਕਰੋ ਮਿਹਰਬਾਨੀ ਜੀ ਰੱਬ ਰਾਖਾ